ਜਸ ਪੰਜਾਬੀ ਦੇਖਦੇ ਹੋਏ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਪ੍ਰੋਗਰਾਮ ਅੱਜ ਦਾ ਮੁੱਦਾ ਦੇ ਵਿੱਚ ਮੈਂ ਤੁਹਾਡੀ ਹੋਸਟ ਆਸ਼ਮਿਤਾ ਸਾਰਿਆਂ ਨੂੰ ਇਸ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਇੱਕ ਵਾਰੀ ਫਿਰ ਨਿੱਘਾ ਸਵਾਗਤ ਕਰਦੇ ਆ ਨਵਾਂ ਸਾਲ ਤੇ ਖੋਰ ਨਵਾਂ ਪ੍ਰੋਗਰਾਮ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਏ ਆ ਬਟ ਅੱਜ ਦੇ ਸ਼ੋਅ ਦੇ ਵਿੱਚ ਸੀ ਇੱਕ ਬਹੁਤ ਪੁਰਾਣੀ ਮੁੱਦੇ ਨੂੰ ਲੈ ਕੇ ਡਿਸਕਸ਼ਨ ਕਰਨ ਜਾਣੇ ਇਨ ਫੈਕਟ ਪਵੇ ਮੁੱਦਾ ਕਿੰਨੇ ਸਾਲਾਂ ਤੋਂ ਚੱਲਦਾ ਆ ਰਿਹਾ ਹੈ ਅਫਸੋਸ ਦੀ ਗੱਲ ਹੈ ਕਿ ਦੁਨੀਆ ਦੇ ਵੱਡੇ ਵੱਡੇ ਮੁਲਕ ਵੱਡੇ ਲੀਡਰਸ ਡਿਗਨਿਟਰੀ ਸਾਇੰਟਿਸਟ ਰਿਸਰਚ ਐਕਸਪਰਟ ਹਲੇ ਵੀ ਕੋਈ ਕੰਕਰੀਟ ਸੋਲੂਸ਼ਨ ਅਤੇ ਇੱਕ ਵੱਡਾ ਪਲਾਨ ਨਹੀਂ ਆਪ ਤੁਸੀਂ ਕਹਿ ਲੋ ਐਗਰੀਮੈਂਟ ਵਿੱਚ ਨਹੀਂ ਇੱਕ ਪਲਾਨ ਪਿੱਛੇ ਆ ਸਕੇ ਜਿੱਥੇ ਤੱਕ ਅਸੀਂ ਕਲਾਈਮੇਟ ਚੇਂਜ ਦੀ ਗੱਲ ਕਰਦੇ ਹਾਂ ਹੁਣ ਕਲਾਈਮੇਟ ਚੇਂਜ ਇੱਕ ਪਾਸੇ ਤਾਂ ਲੋਕੀ ਕਹਿੰਦੇ ਸਾਇੰਸ ਦਾ ਮੁੱਦਾ ਹੈਗਾ ਬਟ ਇਸ ਸਾਇੰਸ ਦੇ ਮੁੱਦੇ ਨੂੰ ਕਿਸ ਤਰ੍ਹਾਂ ਪੋਲਿਟਿਸਾਈਜ਼ ਕੀਤਾ ਗਿਆ ਇਹਦਾ ਐਗਜ਼ਾਮਪਲ ਤਾਂ ਸਾਰਿਆਂ ਅੱਗੇ ਹੈਗਾ ਹੀ ਇਨ ਫੈਕਟ ਅਗਰ ਤੁਸੀਂ ਸੋਚੋ 2015 ਦੇ ਵਿੱਚ ਕਿਸ ਤਰ੍ਹਾਂ ਦੁਨੀਆ ਦੇ ਵੱਡੇ ਵੱਡੇ ਮੁਲਕਾਂ ਨੇ ਅਤੇ ਛੋਟੇ ਮੁਲਕਾਂ ਨੇ ਵੀ ਕਿੰਨੇ ਵੱਡੇ ਲੈਵਲ ਦੀ ਇੱਕ ਐਗਰੀਮੈਂਟ ਰੀਚ ਕੀਤੀ ਸੀ 200 ਮੁਲਕਾਂ ਨੇ 2015 ਦੇ ਵਿੱਚ ਐਗਰੀ ਕੀਤਾ ਸੀ ਕਿ ਉਹ ਫਾਸਲ ਫਿਊल्स ਦੇ ਨਾਲ ਪ੍ਰੋਡਿਊਸ ਹੋਏ ਹੋਏ ਕਾਰਬਨ ਡਾਈਆਕਸਾਈਡ ਅਤੇ ਹੋਰ ਗ੍ਰੀਨ ਹਾਊਸ ਗੈਸਸਿਜ਼ ਨੂੰ ਲਿਮਟ ਕਰਨਗੇ ਅਤੇ ਇਹਦੀ ਡੈਡਲਾਈਨ 2030 ਦੀ ਦਿੱਤੀ ਗਈ ਸੀ ਤੁਸੀਂ ਦੇਖੋ ਕਿ 2015 ਤੋਂ ਲੈ ਕੇ ਹੁਣ 2024 ਹੋ ਗਏ ਬਟ ਹਲੇ ਵੀ ਉਸ ਉੱਤੇ ਜਿਆਦਾ ਕੋਈ ਐਕਸ਼ਨ ਨਹੀਂ ਲਿੱਤਾ ਗਿਆ ਹਾਊ ਐਵਰ ਇੱਕ ਆਸ ਦੀ ਕਿਰਨ ਇੱਕ ਤੁਸੀਂ ਕਹਿ ਲਓ ਉਮੀਦ ਦੀ ਰੋਸ਼ਨੀ ਜ਼ਰੂਰ ਰੀਸੈਂਟਲੀ ਇੱਕ ਵਾਰੀ ਫਿਰ ਰੀਗਨਾਈਟ ਹੋਈ ਹੈ ਇਸ ਪਿਛਲੇ ਨਵੰਬਰ ਦੇ ਵਿੱਚ ਇੱਕ ਵਾਰੀ ਫਿਰ ਸੀਓਪ 28 ਦੀ ਜੋ ਯੂਨਾਈਟਿਡ ਨੇਸ਼ਨਸ ਵੱਲੋਂ ਕਲਾਈਮੇਟ ਕਾਨਫਰੰਸ ਹੁੰਦੀ ਹੈ ਇੱਕ ਵਾਰੀ ਫਿਰ ਇਕੱਠੀ ਹੋਈ ਐ ਇਸ ਵਾਰੀ ਕਾਨਫਰੰਸ ਦੇ ਵਿੱਚ ਇੱਕ ਵਾਰੀ ਫੇਰ ਦੁਨੀਆ ਦੇ ਵੱਡੇ ਮੁਲਕਾਂ ਨੇ ਐਗਰੀਮੈਂਟ ਕੀਤਾ ਕਿ ਸਾਰੇ ਕੋਸ਼ਿਸ਼ ਕਰਨਗੇ ਕਿ ਫੋਸਲ ਫਿਊਲਸ ਜਿਥੇ ਅਸੀਂ ਕਹਿੰਦੇ ਤੇਲ ਗੈਸ પેટ્રોલ ਇਹੋ ਜੀ resources to piche hatke renewable resources wal jana all in the effort to curb the rising temperature of the planet and jadon assi is duniya de vatavaran di vaddi hui garmi di gal karde ha eh koi um, you know summer di holiday nahi hai gi assi gal nahi kar rahe assi gal kar rahe ek bade specific measurement di 1.5 degrees celsius so is ਮੈਜ਼ਰਮੈਂਟ ਨੂੰ ਲਾ ਕੇ ਅਤੇ ਜੋ ਰੀਸੈਂਟ ਇਹ ਸੀਓਪੀ 28 ਦੇ ਵਿੱਚ ਕਾਨਫਰੰਸ ਦੇ ਵਿੱਚ ਕੀ ਡਿਸਕਸ਼ਨਸ ਹੋਈਆਂ ਕੀ ਪਲੈਜਸ ਲਿੱਤੀਆਂ ਗਈਆਂ ਵਕਫ-ਵਕ ਮੁਲਕਾਂ ਵੱਲੋਂ ਐਂਡ ਜੋ ਇਹ 1.5 ਡਿਗਰੀ ਸੈਲਸੀਅਸ ਹੈਗਾ ਇਹ ਹੀ ਨੰਬਰ ਕਿਉਂ ਇਨ ਇੰਪੋਰਟੈਂਟ ਹੈ ਇਹਦੇ ਬਾਰੇ ਡਿਸਕਸ਼ਨ ਕਰਨ ਲਈ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਜਿਸ ਤਰ੍ਹਾਂ ਤੁਸੀਂ ਵੇਖ ਹੀ ਰਹੇ ਹੋ ਅੱਜ ਸਟੂਡੀਓ ਤੋਂ ਬਾਹਰ ਆਉਣ ਦਾ ਮੌਕਾ ਮਿਲੇ ਐਂਡ ਫੈਕਟ ਸ਼ਿਕਾਗੋ ਤੋਂ ਇਹ ਪ੍ਰੋਗਰਾਮ ਅਸੀਂ ਤੁਹਾਡੇ ਨਾਲ ਪੇਸ਼ ਕਰ ਰਹੇ ਹਾਂ ਪਹੁੰਚੇ ਹਾਂ ਸ਼ਿਕਾਗੋ ਦੇ ਇੱਕ ਬਹੁਤ ਹੀ ਪਿਆਰੇ ਜਿਹਾ ਸਬਅਰਬ ਦੇ ਵਿੱਚ ਤੇ ਸਾਡੇ ਆਪਣੇ ਡਾਕਟਰ ਰਿਸ਼ਵਾਲ ਸਿੰਘ ਬਾਜਵਾ ਜੀ ਦੇ ਨਾਲ ਅੱਜ ਗੱਲ ਕਰਨ ਜਾ ਰਹੇ ਹਾਂ ਸਭ ਤੋਂ ਪਹਿਲੇ ਡਾਕਟਰ ਬਾਜਰਾ ਜੀ ਤੁਹਾਨੂੰ ਪ੍ਰੋਗਰਾਮ ਦੇ ਵਿੱਚ ਸਵਾਗਤ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਅਚਮਿਤਾ ਜੀ ਤੁਹਾਨੂੰ ਤੇ ਤੁਹਾਡੀ ਲੱਖਾਂ ਦੇ ਜਿਹੜੀ ਵਿਊਰਸ਼ਿਪ ਆ ਹਾਲ ਅਕ੍ਰਾਸ ਦਾ ਵਰਲਡ ਆ ਸਾਰਿਆਂ ਨੂੰ ਹੈਪੀ ਨਿਊ ਈਅਰ। ਥੈਂਕ ਯੂ so much। ਥੈਂਕ ਯੂ ਡਾਕਟਰ ਬਾਜਵਾ ਜੀ ਤੁਹਾਨੂੰ ਵੀ ਤੁਹਾਡੇ ਪਰਿਵਾਰ ਨੂੰ ਲੱਖ ਲੱਖ ਵਧਾਈਆਂ ਨਵਾਂ ਸਾਲ ਚੜ੍ਹ ਗਿਆ। ਸਾਨੂੰ ਇੰਨੀ ਉਮੀਦ ਹੈ ਕਿ ਇਸ ਸਾਲ ਹਾਪਫੁਲੀ ਦੁਨੀਆ ਇੱਕ ਪੋਜ਼ਿਟਿਵ ਡਾਇਰੈਕਸ਼ਨ ਦੇ ਵਿੱਚ ਕਦਮ ਲਏਗੀ। ਅਮ ਸਭ ਤੋਂ ਪਹਿਲੇ ਡਾਕਟਰ ਬਾਜਵਾ ਜੀ ਇੱਕ ਵਾਰੀ ਫੇਰ ਤੁਹਾਡੇ ਅਸੀਂ ਧੰਨਵਾਦੀ ਹਾਂ। ਤੁਸੀਂ ਸਾਨੂੰ ਇੱਥੇ ਸਵਾਗਤ ਕੀਤਾ। ਇੰਨੇ ਪਿਆਰ ਦੇ ਨਾਲ ਆਪਣੇ ਘਰੇ ਸਾਨੂੰ ਵੈਲਕਮ ਕੀਤਾ। ਬਟ ਡਾਕਟਰ ਬਾਜਵਾ ਜੀ ਜੋ ਮੇਨ ਆਪਣੀ ਡਿਸਕਸ਼ਨ ਅੱਜ ਹੈਗੀ ਉਹ ਨਾ ਕਿ ਸਿਰਫ ਇਸ ਕਲਾਈਮੇਟ ਕਾਨਫਰੰਸ ਨੂੰ ਲੈ ਕੇ ਜੋ ਨਵੰਬਰ ਦੇ ਵਿੱਚ ਦੁਬਈ ਦੇ ਵਿੱਚ ਡਿਸਕਸ਼ਨਸ ਹੋਈਆਂ ਉਹਦੇ ਬਾਰੇ ਮੈਂ ਡਿਸਕਸ਼ਨ ਕਰਨਾ ਚਾਹੁੰਦੀ ਆ ਬਟ ਉਸ ਤੋਂ ਪਹਿਲੇ ਵੀ ਡਾਕਟਰ ਬਾਜਵਾ ਜੀ ਕੈਨ ਯੂ ਬਲੀਵ ਤੁਹਾਡਾ ਤਾਂ ਹੁਣ ਇੰਨਾ ਤਜਰਬਾ ਹੈਗਾ ਯੂਰ men of science অফਕੋਰਸ ਟੈਕਨੀਕਲ ਫਾਰਮਰ ਟੈਕਨੀਕਲ ਐਡਵਾਈਜ਼ਰ ਬੋਰਡ ਆਫ ਮੈਨੇਜਮੈਂਟ ਐਟ ਗੁਰੂ ਅੰਗਰ ਦੇਵ ਵੈਟਰਨਰੀ ਸਾਇੰਸਿਸ ਯੂਨੀਵਰਸਿਟੀ ਉਤੋਂ ਅਲਾਵਾ ਵੀ ਤੁਸੀਂ ਸਾਇੰਸ ਦੇ ਨਾਲ ਯੂ نو ਪੂਰੀ ਤਰ੍ਹਾਂ ਜੁੜੇ ਹੋਏ ਹੋ ਬਟ ਕੀ ਤਾਨੂੰ ਯਕੀਨ ਹੁੰਦਾ ਹੈ ਕਿ ਹਲੇ ਵੀ ਇਹੋ ਜੇ ਲੋਕੀ ਹੈ ਜੋ ਮੰਨਦੇ ਨਹੀਂ ਹੈ ਕਿ ਹਿਊਮਨ ਬਿਹੇਵੀਅਰ ਕਰਕੇ ਕਲਾਈਮੇਟ ਤੇ ਇੰਪੈਕਟ ਪੈ ਰਿਹਾ ਹੈ ਕਿ ਦੁਨੀਆ ਦੀ ਵਾਤਾਵਰਣ ਤੇ ਇੰਪੈਕਟ ਪੈ ਰਿਹਾ ਹੈ ਡਾਕਟਰ ਸਾਹਿਬ ਸ਼ੁਰੂ ਕਰਦੇ ਆ ਕਿ ਇਹ ਕਲਾਈਮੇਟ ਚੇਂਜ ਨੂੰ ਲੈ ਕੇ ਦੁਨੀਆ ਦੇ ਵੱਡੇ ਮੁਲਕ ਕੀ ਕਰਨ ਦੀ ਕੋਸ਼ਿਸ਼ ਕਰ ਰਹੇ ਹੈ ਹਾਂਜੀ ਅਸ਼ਮਿਤਾ ਜੀ ਜਿਵੇਂ ਤੁਸੀਂ ਭੂਮਿਕਾ ਚ ਕਿਹਾ ਬਈ ਗਲੋਬਲ ਵਾਰਮਿੰਗ ਹੋ ਗਈ ਹੈ ਟੈਂਪਰੇਚਰ ਵਧ ਰਹੇ ਹੈ 1 ਪੁਆਇੰਟ 5 ਡਿਗਰੀ ਤੱਕ ਸਾਨੂੰ ਸੀਮਿਤ ਰਹਿਣਾ ਚਾਹੀਦਾ ਸੋ ਇਸ ਨਾਲ ਇਹ ਚੀਜ਼ਾਂ ਕਿ ਅਸੀਂ ਕੁਝ ਚੀਜ਼ਾਂ ਦੇਖਦੇ ਹਾਂ ਜਿਵੇਂ ਤੁਸੀਂ ਸਲਾਈਡਾਂ ਵਿੱਚ ਪ੍ਰੋਜੈਕਟ ਕੀਤੀਆਂ ਅਗਰ ਅਸੀਂ ਉਹ ਪਹਿਲੀ ਸਲਾਈਡ ਦੇਖੀਏ ਉਹਦੇ ਤੇ ਪਿਕਚਰ ਆ ਰਹੀ ਹੈ ਵੀ ਕਿੰਨੀ ਗਰਮੀ ਜਿਹੜੀ ਜ਼ਮੀਨ ਹੈ ਉਹ ਔੜ ਦੇ ਨਾਲ ਔੜ ਦਾ ਮਤਲਬ ਹੈ ਸੋਕੇ ਕਰਕੇ ਹੈ ਸੋ ਅੱਜ ਦੇ ਦਿਨ ਜੇਕਰ ਦੇਖਿਆ ਜਾਏ ਤੇ 0.8% ਗਲੋਬ ਹੈ ਜਿਹਦੇ ਵਿੱਚ ਟੈਂਪਰੇਚਰ ਬਹੁਤ ਜ਼ਿਆਦਾ ਹਾਈ ਹੈ ਹੂੰ ਯੋਨ ਦੇ ਮੀਨ ਟੈਂਪਰੇਚਰ ਐਵਰੇਜ ਮੀਨ ਟੈਂਪਰੇਚਰ 29 ਡਿਗਰੀ ਸੈਂਟੀਗ੍ਰੇਡ ਤੋਂ ਉੱਤੇ ਹੈ ਸੋ ਉਹ ਕਿਹੜੇ ਆ ਇੱਕ ਸਾਊਥ ਸਹਾਰਾ ਅਫਰੀਕਨ ਪਲੱਸ ਸਾਊਦੀ ਅਰੇਬੀਆ ਪਰ ਅਗਰ ਅਸੀਂ ਇਹ ਟੈਂਪਰੇਚਰ ਨੂੰ ਜਾਂ ਕਲਾਈਮੇਟ ਨੂੰ ਕੰਟਰੋਲ ਨਹੀਂ ਕਰਾਂਗੇ ਤਾਂ ਸਾਡਾ ਜਿਹੜਾ ਅੱਧਾ ਵਰਲਡ ਹੈ ਅੱਜ ਅੱਜ 1% ਹੈ ਇਹ 50% ਜਿਹੜਾ ਗਲੋਬ ਹੈ ਉਹ ਹੀਟ ਅਪ ਹੋ ਜਾਏਗਾ ਇੱਕ ਤਾਂ ਇਹ ਚੀਜ਼ ਹੈ ਜੀ ਜੀ ਡਾਕਟਰ ਸਾਹਿਬ ਜਦੋਂ ਅਸੀਂ ਹੀਟ ਅਪ ਇਹੇ ਲਫ਼ਜ਼ ਵਰਤਦੇ ਆ ਇੱਕ ਵਾਰੀ ਫਿਰ ਮੈਂ ਲੋਕਾਂ ਨੂੰ ਇਸ ਚੀਜ਼ ਦਾਹਿਸਾਸ ਦਲਵਾਉਣਾ ਚਾਹੁੰਦੀ ਆ ਕਿ ਹੀਟ ਅਪ ਦਾ ਇਹ ਮਤਲਬ ਨਹੀਂ ਕਿ ਬਾਹਰ ਮਾੜੀ ਜਿਹੀ ਗਰਮੀ ਜ਼ਿਆਦਾ ਵੱਧ ਗਈ ਤੁਸੀਂ ਅੰਦਰ ਵੜ ਕੇ ਏਸੀ ਨੂੰ ਵਧਾ ਲਓ ਇਹ ਇਹੋ ਜਿਹਾ ਹੀਟ ਅਪ ਹੈਗਾ ਜਿਹਦੇ ਕਰਕੇ ਅਮ ਜੋ ਦੁਨੀਆ ਅਸੀਂ ਅੱਜ ਐਕਸਪੀਰੀਅੰਸ ਕਰ ਰਹੇ ਆ ਉਹੋ ਹੀ ਚੇਂਜ ਹੋ ਜਾਊਗੀ ਖਾਸ ਕਰਕੇ ਜਿੱਤੇ ਤੱਕ ਸਾਡੇ ਫੂਡ ਸੋਰਸਸ ਦੀ ਗੱਲ ਆਉਂਦੀ ਹੈ ਨੇ ਇਹਦੇ ਬਾਰੇ ਮੈਂ ਤੁਹਾਡੇ ਅੱਗੇ ਸਵਾਲ ਰੱਖਣਾ ਚਾਹੁੰਦੀ ਆ ਪਰ ਉਸ ਤੋਂ ਪਹਿਲੇ 让我们 ਟਾਕ ਅਬਾਊਟ ਇਹ ਜੋ ਕਲਾਈਮੇਟ ਕਾਨਫਰੰਸ ਹੋਈ ਹੈ ਜੋ ਸਾਇੰਟਿਸਟਸ ਉਤਾਵਲੇ ਹੋਏ ਹੋਏ ਹਨ ਕਿ ਕੁਝ ਐਕਸ਼ਨ ਹੋਣਾ ਚਾਹੀਦਾ ਹੈ ਉਹਨਾਂ ਲਈ ਉਹ ਵਿਰੋਧ ਵੀ ਕਰਦੇ ਇਹੋ ਜੀ ਕਾਨਫਰੰਸਸ ਦਾ ਕਿ ਕੀ ਫਾਇਦਾ बार-बार ਇਹ ਵੱਡੇ ਮੁਲਕ ਮਿਲਦੇ ਐ ਐਥ ਕੀ ਵੀ ਸਾਊਦੀ ਅਰੇਬੀਆ ਦੇ ਨਮੰਦੇ ਦੁਬਈ ਦੇ ਕਨਫਰੰਸ ਹੋਸਟ ਕੀਤੀ ਗਈ ਸਾਊਦੀ ਅਰੇਬੀਆ ਕੰਟਰੋਲ ਕਰ ਰਿਆ ਸੀ ਡਿਸਕਸ਼ਨਸ ਨੂੰ ਵਨ ਆਫ ਦਾ ਲਾਰਜੇਸਟ ਔਇਲ ਪ੍ਰੋਡਿਊਸਰਸ ਇਨ ਦਾ ਵਰਲਡ ਐਂਡ ਹੁਣ ਉਹੀ ਸਪੋਸਿਬਲੀ ਚਾਰਜ ਲੀਡ ਕਰ ਰਿਹਾ ਕਿ ਤੁਸੀਂ ਫੋਸਲ ਫਿਊਲਸ ਤੋਂ ਪਿੱਛੇ ਹਟੋ ਇਸ ਕਨਫਰੰਸ ਦਾ ਥੋੜਾ ਜਿਹਾ ਬੈਕਗ੍ਰਾਉਂਡ ਅਗਰ ਤੁਸੀਂ ਸਾਨੂੰ ਦੱਸ ਸਕਦੇ ਹੋ ਖਾਸ ਕਰਕੇ ਯੂਨਾਈਟਿਡ ਨੇਸ਼ਨਸ ਵੱਲੋਂ ਇਹ ਕਿਸ ਤਰ੍ਹਾਂ ਸ਼ੁਰੂ ਕੀਤੀ ਗਈ ਦੇਖੋ ਜਿਹੜੀ ਦੁਨੀਆ ਦੇ ਵਿੱਚ ਟੈਂਪਰੇਚਰ ਵਧਣ ਦੀ ਗੱਲ ਹੈ ਇਹ ਤੇ 1850 ਦੀ ਵੀ ਸ਼ੁਰੂ ਹੋਈ ਹੈ ਪਰ ਜਿਹੜੀ ਸਾਇੰਟਿਫਿਕ ਕਮਿਊਨਿਟੀ ਸੀ ਉਹਨਾਂ ਨੂੰ ਇਕੱਠੇ ਹੋਣ ਵਾਸਤੇ ਇੱਕ ਸੋਚ ਬਣਾਉਣ ਵਾਸਤੇ 100 ਸਾਲ ਲੱਗਦੇ। ਅਰ 100 ਸਾਲ ਦੇ ਵਿੱਚ ਅਗਰ ਉਹਨਾਂ ਨੇ ਇਹ ਸੋਚ ਬਣਾਈ ਤੇ 1970 ਦੇ ਲਾਗੇ ਜਾ ਕੇ ਕੋਈ ਇੱਥੇ ਸੋਚ ਵਿਚਾਰ ਹੋਣ ਲੱਗੇ। ਸੋ ਪਹਿਲੀ ਵਾਰੀ 1988 ਦੇ ਵਿੱਚ ਜੇਮਸ ਹੈਂਸਨ ਸੀਗੇ ਸਾਇੰਟਿਸਟ ਉਹਨਾਂ ਨੇ ਕਾਂਗਰਸ ਦੇ ਅੱਗੇ ਜਾ ਕੇ ਟੈਸਟੀਫਾਈ ਕੀਤਾ ਕਿ ਆਲਮੋਸਟ ਜਿਹੜੀ ਗਲੋਬਲ ਵਾਰਮਿੰਗ ਹੈ ਇਨਕਰੀਸ ਇਨ ਟੈਂਪਰੇਚਰ ਦੇ ਆਰ ਅਪਨ ਅਸ ਵਾਓ ਪਰ ਉਹ ਤੋਂ ਬਾਅਦ 1989 ਚ ਆਈ ਪੀ ਸੀ ਸੀ ਬਣ ਗਈ ਜਿਹੜੀ ਇੰਟਰ ਗਵਰਨਮੈਂਟਲ ਪੈਨਲ ਔਨ ਕਲਾਈਮੇਟ ਚੇਂਜ ਤਾਂ ਉਹ ਬਣ ਗਈ ਉਹਦੇ ਨਾਲ ਹੀ ਮੁੜ ਕੇ ਕੀ ਹੋਇਆ ਬਈ 1991 1992 ਚ ਸਾਡੇ ਕੁਝ ਰੀਨਿਊਏਬਲ એનર્ਜੀ ਦਾ ਐਕਟ ਵੀ ਬਣ ਗਿਆ ਕੁਝ ਥੋੜੇ ਇਹੋ ਜਿਹੀਆਂ ਗੱਲਾਂ ਬਾਤਾਂ ਸੋਚਣ ਲੱਗੇ ਔਰ ਦੁਬਾਰਾ ਜਦੋਂ ਇਹ ਕਾਨਫਰੰਸ ਆਫ ਪਾਰਟੀਆਂ ਦੀ ਇਹ ਗੱਲ ਹੋਣ ਲੱਗੀ ਹੈ ਤਾਂ ਪਹਿਲੀ ਜਿਹੜੀ ਮੀਟਿੰਗ ਸੀ ਇਹਦੀ ਉਹ 1995 ਦੇ ਵਿੱਚ ਬਰਲਿਨ ਚ ਹੋਈ ਸੋ ਇਹਨਾਂ ਮੀਟਿੰਗਸ ਦਾ ਕੀ ਮਤਲਬ ਹੈ ਕਿ ਦੁਨੀਆ ਦੇ ਸਾਰੇ ਕੰਟਰੀ ਆਉਂਦੇ ਆ ਪਾਰਟੀਆਂ ਦਾ ਮਤਲਬ ਨੇਸ਼ਨਸ ਹੈ ਔਰ ਉਹ ਇੱਥੇ ਆ ਕੇ ਉਹਨਾਂ ਨੇ ਇਹ ਸੋਚਿਆ ਵੀ ਅਸੀਂ ਸਾਰੇ ਜਾਣੇ ਆਪਸ ਵਿੱਚ ਇਹ ਗੱਲ ਕੀਤੀ ਜਾਏ ਵੇ ਕਿੰਨੀ ਕਾਰਬਨ ਡਾਈਆਕਸਾਈਡ ਹਰ ਕੰਟਰੀ ਪ੍ਰੋਡਿਊਸ ਕਰਦਾ ਕਿੰਨੇ ਅਸੀਂ ਫੋਸਲ ਫਿਊਲ ਵਰਤਦੇ ਹਾਂ ਕਿੰਨੀ ਕਾਰਬਨ ਡਾਈਆਕਸਾਈਡ ਜਾ ਰਹੀ ਹੈ ਸੋ ਇਹਦੇ ਨਾਲ ਇਹ ਇਥੋਂ 1995 ਤੋਂ ਸ਼ੁਰੂ ਹੋਇਆ ਫਿਰ 1997 ਦੇ ਵਿੱਚ ਨੰਬਰ 3 ਹੋਈ ਉਹਦਾ ਉਹ ਜਾਪਾਨ ਚ ਹੋਈ ਸੀ ਉਹਨਾਂ ਨੇ ਇੱਕ ਕੰਮ ਕੀਤਾ ਵੀ ਉਹਨਾਂ ਨੇ ਇੰਡਸਟ੍ਰੀਅਲਾਈਜ਼ ਨੇਸ਼ਨ ਨੂੰ ਇਹਦੇ ਵਿੱਚ ਇਨਕਲੂਡ ਕਰ ਲਿਆ ਵੀ ਤੁਸੀਂ ਆਪਣੀਆਂ ਜਿਹੜੀਆਂ ਕਾਰਬਨ ਐਮਿਸ਼ਨਸ ਇਹਨਾਂ ਨੂੰ ਕੱਟ ਕਰੋ ਇਸ ਤੋਂ ਬਾਅਦ 2000 ਇੱਕ ਦੇ 1997-1998 ਦੇ ਵਿੱਚ ਪ੍ਰੈਜ਼ੀਡੈਂਟ ਕਲਿੰਟਨ ਦੇ ਅੰਡਰ ਕੋਈ 41 ਕੰਟਰੀਜ਼ ਦਾ ਐਗਰੀਮੈਂਟ ਹੋ ਗਿਆ ਉਹਨਾਂ ਨੇ ਕਿਹਾ ਵੀ ਅਸੀਂ 6% ਕਾਰਬਨ ਡਾਈਆਕਸਾਈਡ ਜਿਹੜੀ ਐਮਿਸ਼ਨਸ ਐ ਉਹ ਕੱਟ ਕਰਾਂਗੇ ਪਰ ਜਦੋਂ ਗਵਰਨਮੈਂਟ ਬਦਲੀ 2001 ਚ ਜਿਹੜੇ ਜਿਹੜੇ ਜੂਨੀਅਰ ਬੋਸ਼ਾ ਸੀ ਉਹਨਾਂ ਨੇ ਜਿਹੜਾ ਉਹ ਐਗਰੀਮੈਂਟ ਸੀ ਉਹਨੂੰ ਮੰਨਣ ਤੇ ਉਹ ਨਾ ਕਰ ਦਿੱਤੀ ਹੁਣ ਇਸ ਤੋਂ ਅੱਗੇ ਜਾ ਕੇ COP 13 ਹੂੰ ਉਹ ਉੱਥੇ ਆਪਣੇ ਬਾਲੀ ਦੇ ਵਿੱਚ ਹੋਈ ਇੰਡੋਨੇਸ਼ੀਆ ਉਹਨਾਂ ਨੇ ਇੰਡਸਟ੍ਰੀਅਲਾਈਜ਼ ਨੇਸ਼ਨ ਨੂੰ ਛੱਡ ਕੇ ਸਾਰੀਆਂ ਕੰਟਰੀਆਂ ਜਿਹੜੀਆਂ ਸੀ ਉਹਨਾਂ ਨੂੰ ਉਹਦੇ ਵਿੱਚ ਇਨਕਲੂਡ ਕਰ ਦਿੱਤਾ ਇਸ ਤੋਂ ਬਾਅਦ 2007 ਦੇ ਵਿੱਚ ਉਸ ਤੋਂ ਪਹਿਲਾਂ ਹੂੰ ਐਲਗੋਰ ਨੂੰ ਨੋਬਲ ਪੀਸ ਪ੍ਰਾਈਜ਼ ਮਿਲਿਆ এনवायरमेंट ਵਰਥ ਪਰ ਜਦੋਂ ਪਾਵਰ ਚ ਸੀਗੇ ਜੋ ਉਹਨਾਂ ਨੇ ਗੱਲਾਂ ਕੀਤੀਆਂ ਸੀ ਉਹ 2001 ਚ ਉਹ ਮੰਨੀਆਂ ਨਹੀਂ ਗਈਆਂ ਸੋ 6 ਇਅਰਸ ਮੇਕਸ ਅ ਲਾਟ ਆਫ ਡਿਫਰੈਂਸ ਆਫ ਕਰਸ ਸੋ ਇਸ ਤੋਂ ਅੱਗੇ ਹੁਣ ਜਿਹੜੀ ਅਗਲੀ ਤੁਸੀਂ ਦੱਸੀ ਹੈ ਜਿਹੜੀ ਪੈਰਿਸ ਐਗਰੀਮੈਂਟ 2015 ਦਾ ਜਿਹੜਾ ਪੈਰਿਸ ਉਹ ਬਹੁਤ ਯਾਦਾ ਇੰਪੋਰਟੈਂਟ ਹੈ ਉਹਦਾ ਨੈਚਰਲ ਏ ਸੀ ਵੀ ਸਾਰੀ ਕੰਟਰੀਆਂ ਦੁਨੀਆ ਦੀ ਆਲਮੋਸਟ ਇੱਕ ਲੈਜਿਸਲੇਸ਼ਨ ਦੇ ਵਿੱਚ ਬਾਈਂਡ ਹੋ ਕੇ ਇਹਦੇ ਤੇ ਐਕਸ਼ਨ ਲੈਣਗੇ ਸੋ ਉਹਨਾਂ ਨੇ ਕੀ ਕਰਨਾ ਸੀ ਉੱਥੇ ਬਈ ਜਿਹੜੀ 2030 ਦੀ ਲਾਈਨ ਤੱਕ ਹੂੰ ਕਾਰਬਨ ਐਮਿਸ਼ਨ ਹਾਫ ਕਰਨਗੇ ਹੂੰ ਇਹ 2015 ਜੇ ਫੈਸਲਾ ਹੋਇਆ ਸੀ ਜੀ ਜੀ ਅੱਜ ਤੋਂ 8 ਸਾਲ ਪਹਿਲੇ ਵੀ ਕਾਰਬਨ ਐਮਿਸ਼ਨਸ ਅਧੀਆਂ ਕਰਾਂਗੇ ਤੇ ਜਿਹੜੀ ਰੀਨਿਊਏਬਲ એનર્ਜੀ ਦੇ ਇਹ ਚੇਂजेस ਆ ਉਹ ਟ੍ਰਿਪਲ ਕਰਾਂਗੇ ਵਾਓ ਤਾਂ ਉਹ ਤੁਹਾਡਾ ਜਿਹੜਾ ਬੈਲੈਂਸ ਹੋਏਗਾ ਬੈਲੈਂਸ ਹੋਏਗਾ ਐਂਡ THEN YOU WILL ACHIEVE NET ZERO ਬਾਈ 2050, 2050. ਪਰ ਜੋ ਅਜਟ ਸਾਲ ਦੇ ਬਾਅਦ ਅਸੀਂ ਉਹ ਦੇਖਿਆ ਹਾਲੇ ਤੱਕ ਅਸੀਂ ਉਹਦੇ ਨੇੜੇ ਵੀ ਨਹੀਂ ਇੱਕ ਕਲਾਈਮੇਟ ਕਾਨਫਰੰਸ ਦੀ ਵੱਡੀ ਅਕੰਪਲਿਸ਼ਮੈਂਟ ਨੂੰ ਲੈ ਕੇ ਜੋ ਕਿ ਦੁਬਈ ਦੇ ਵਿੱਚ ਇਸੇ ਨਵੰਬਰ ਹੋਈ ਹੈ ਜਿੱਥੇ ਦੁਨੀਆ ਦੇ ਵੱਡੇ ਮੁਲਕਾਂ ਨੇ ਇੱਕ ਬਾਰੀ ਫਿਰ ਸਹਿਮਤੀ ਰੱਖੀ ਹੈ ਕਿ ਯਸ ਅਸੀਂ ਫੋਸਲ ਫਿਊल्स ਤੋਂ ਹਟ ਕੇ ਰੀਨਿਊਏਬਲ એનર્ਜੀ ਵੱਲ ਜਾਵਾਂਗੇ ਤਾਂ ਕਿ ਦੁਨੀਆ ਦੀ ਜੋ ਰਾਈジング ਟੈਂਪਰੇਚਰਸ ਹਨ ਖਾਸ ਕਰਕੇ ਇਹ 1.5 ਡਿਗਰੀ ਸੈਲਸੀਅਸ ਦਾ ਇਨਕਰੀਸ ਇਨ ਗਲੋਬਲ ਟੈਂਪਰੇਚਰ ਇਨੂੰ ਲੈ ਕੇ ਅਸੀਂ ਸਟ੍ਰਿੰਜੈਂਟ ਮੈਜਰਸ ਫਾਈਨਲੀ ਅਪਣਾਵਾਂਗੇ ਸੋ ਇਸ ਗੋਲ ਨੂੰ ਲੈ ਕੇ ਡਾਕਟਰ ਅਸ਼ਪਾਲ ਸਿੰਘ ਬਾਜਰਜੀ ਸਾਡੀ ਗੱਲ ਚੱਲ ਰਹੀ ਸੀ ਆਮ ਗਲੈਡ ਕਿ ਸਾਨੂੰ ਥੋੜਾ ਜਿਹਾ ਇੱਕ ਆਮ ਹਿਸਟਰੀ ਲੈਸਨ ਦਿੱਤਾ ਇਸ ਕਲਾਈਮੇਟ ਕਾਨਫਰੰਸ ਨੂੰ ਲੈ ਕੇ ਯੂ نو ਮੈਨੂੰ ਉਹ ਇਲੈਕਸ਼ਨ ਯਾਦ ਹੈ ਐਲ ਗੋਰ ਵਰਸਸ ਜਾਰਜ ਬੁਸ਼ ਆਮ ਅਸੀ ਰੀਸੈਂਟਲੀ ਵਿਊਅਰਸ ਨੂੰ ਦੱਸ ਰਹੀ ਸੀ ਕਿ ਕਿਸ ਤਰ੍ਹਾਂ ਉਸ ਇਲੈਕਸ਼ਨ ਦੇ ਵਿੱਚ ਵੀ ਸਨ 2000 ਦੇ ਵਿੱਚ ਸੁਪਰੀਮ ਕੋਰਟ ਨੇ ਇੱਕ ਫੈਸਲਾ ਕੀਤਾ ਕਿ ਇਵਨ ਦੋ ਐਲ ਗੋਰ ਦੇ ਕੋਲ ਜ਼ਿਆਦਾ ਪਪੂਲਰ ਵੋਟਸ ਸੀਗੀਆਂ ਕਿ ਜਾਰਜ ਬੁਸ਼ ਪ੍ਰੈਜ਼ੀਡੈਂਟ ਹੋਏਗਾ ਆਈ ਵੰਡਰ ਕਿ ਦੁਨੀਆ ਦਾ ਨਕਸ਼ਾ ਅਤੇ climate change ਦੇ ਖਿਲਾਫ ਜੋ ਲੜਾਈ ਕਈ ਲੋਕੀ ਲੜ ਰਹੇ ਹਨ ਉਹਦੇ ਵਿੱਚ ਕੀ ਅਕੰਪਲਿਸ਼ਮੈਂਟਸ ਹੋਈਆਂ ਹੁੰਦੀਆਂ ਅਗਰ ਉਸ ਵੇਲੇ ਐਲਗੋਰ ਪ੍ਰੈਜ਼ੀਡੈਂਟ ਬਣਿਆ ਹੁੰਦਾ ਬਟ ਯੂ نو ਕੈਨਟ ਕ੍ਰਾਈ ਓਵਰ 스ਪਿਲਡ ਮਿਲਕ ਅੱਜ ਦੀ ਡੇਟ ਦੇ ਵਿੱਚ ਡਾਕਟਰ ਸਾਹਿਬ ਅਗਰ ਅਸੀਂ ਵੇਖੀਏ ਗਲੋਬਲ ਲੈਵਲ ਤੇ ਹਾਊ ਕਲੋਸ ਇਜ਼ ਦ ਵਰਲਡ ਟੂ ਰੀਚਿੰਗ that target ਜਿੱਥੇ ਸੀ ਕਹਿੰਦੇ ਆ ਕਿ ਗਲੋਬਲ ਟੈਂਪਰੇਚਰਸ ਦਾ ਇਨਕਰੀਸ 1.5 ਸੈਲਸੀਅਸ ਤੋਂ ਵੱਧ ਨਾ ਹੋਏ ਸ਼ਮਿਤਾ ਜੀ ਦੇਖੋ ਆਪਾਂ ਪਹਿਲਾਂ ਗੱਲ ਕੀਤੀ ਸੀ ਵੀ ਇੰਡਸਟਰੀਲਾਈਜ਼ਡ ਵਰਲਡ ਜਾਂ ਦੂਜੀਆਂ ਨੇਸ਼ਨਸ ਕਿੰਨੀਆਂ ਕਿੰਨੀਆਂ ਇਹ ਕਾਰਬਨ ਡਾਈਆਕਸਾਈਡ ਜਨਰੇਟ ਕਰ ਰਹੀਆਂ ਇੱਕ ਛੋਟਾ ਜਿਹਾ ਡਾਟਾ ਹੈ ਬਿਲਕੁਲ ਕਰੰਟ 2022 ਦਾ ਕੰਟਰੀ ਵਾਈਜ਼ ਕੰਟਰੀਬਿਊਸ਼ਨ ਕਾਰਬਨ ਡਾਈਆਕਸਾਈਡ ਐਮਿਸ਼ਨ ਚਾਈਨਾ 28% ਅਮਰੀਕਾ 13% ਇੰਡੀਆ 8% ਇਹ ਤਿੰਨ ਪਲੇਅਰ ਹੈ ਇਹ ਬਿਲਕੁਲ ਅੱਜ ਦੇ ਦਿਨ ਕੋਈ ਅਬਾਊਟ 50% ਇਹ ਇਕੱਲੇ ਕਰ ਰਹੇ ਜੀ ਜੀ ਸੋ ਇਸ ਤੋਂ ਅੱਗੇ ਰਸ਼ੀਆ 5% ਜਾਪਾਨ ਤੇ ਬ੍ਰਾਜ਼ੀਲ 3% ਅਗਰ ਇਹਨਾਂ 6 ਕੰਟਰੀਆਂ ਨੂੰ ਰਲਾ ਦਈਏ ਤੇ 60% ਇਹ ਹੈਗੇ ਇਹ ਕਾਰਬਨ ਜਿਹੜੀ ਹੁੰਦੀ ਹੈ ਜਦੋਂ ਕਾਰਬਨ ATMOSPHERE ਚ ਆ ਗਈ ਇਹ ਟੈਂਪਰੇਚਰ ਅਪ ਕਰਦੀ ਹੈ ਇਹਦਾ ਡਾਇਰੈਕਟ ਰਿਲੇਸ਼ਨ ਹੈ ਔਰ ਉਹਦਾ ਜਿੰਨਾ ਅਮਾਉਂਟ ਆਫ ਫੋਸਲ ਫਿਊਲ ਬਰਨਿੰਗ ਜਿੰਨਾ ਜ਼ਿਆਦਾ ਉਨੀ ਕਾਰਬਨ ਡਾਈਆਕਸਾਈਡ ਯਾਦਾ ਜਿੰਨੀ ਕਾਰਬਨ ਡਾਈਆਕਸਾਈਡ ਜ਼ਿਆਦਾ ਉਹਨਾਂ ਟੈਂਪਰੇਚਰ ਜ਼ਿਆਦਾ ਜਿਵੇਂ ਕਿ ਪਿਛਲੇ ਮਿਲੀਅਨਜ਼ ਆਫ ਈਅਰਸ ਦੇ ਵਿੱਚ ਜਿਹੜੇ ਕਾਰਬਨ ਦੇ ਲੈਵਲ ਸੀਗੇ ਉਹ ਅਬਾਊਟ 200 ਤੋਂ ਲੈ ਕੇ 300 ਤੱਕ ਹੀ ਰਹਿੰਦੇ ਸੀ ਦੇ ਆ ਪਰਟਸ ਪਰ ਮਿਲੀਅਨ ਹਾਂਜੀ ਉਹ ਬਿਲਕੁਲ ਨਾਰਮਲ ਹੈ ਪਰ ਹੁਣ ਅਸੀਂ ਪਿਛਲੇ 70 ਸਾਲਾਂ ਚ ਉਹਨਾਂ ਨੂੰ 300 ਤੋਂ ਚੁੱਕ ਕੇ ਸਵਾ 400 425 ਸੋ ਇਹ so, 125 ਹੀ ਹੈ ਜਿਹੜੇ ਥੱਲੇ ਲਿਉਣ ਦੀ ਲੋੜ ਹੈ ਹੁਣ ਦੇਖੋ ਗਲੋਬਲ ਵਾਰਮਿੰਗ ਗਰਮੀ ਨੂੰ ਤੁਸੀਂ ਰਿਵਰਸ ਕਰ ਸਕਦੇ ਜੇ ਪਰ ਜਿਹੜਾ ਕਾਰਬਨ ਡਾਈਆਕਸਾਈਡ ਦਾ ਐਕਸ਼ਨ ਸਮੁੰਦਰਾਂ ਵਿੱਚ ਪਾਣੀਆਂ ਵਿੱਚ ਐਟਮਾਸਫੀਅਰ ਚ ਉਹ ਅਸੀਂ ਵਾਪਸ ਨਹੀਂ ਕਰ ਸਕਦੇ ਜੀ ਸੋ ਹੁਣ ਥੋੜਾ ਜਿਹਾ ਇੱਥੇ ਦੇਖਦੇ ਆਂ ਤੇ ਇੱਕ ਕੁਐਸਚਨ ਤੁਸੀਂ ਮੈਨੂੰ ਪੁੱਛਿਆ ਸੀ ਵੀ ਵਾਈ ਇਟ ਇਜ਼ ਇੰਪੋਰਟੈਂਟ ਟੂ ਕੀਪ ਅਪ ਟੂ 1.5 ਇਹ ਇੱਕ ਐਗਜ਼ਾਮਪਲ ਹੈ ਅਗਰ ਫਰਜ਼ ਕਰੋ ਹਮਮ ਕੰਟਰੀ ਗਲੋਬ ਦੁਨੀਆ ਦੋ ਡਿਗਰੀ ਸੈਂਟੀਗ੍ਰੇਡ ਪ੍ਰੀ ਇੰਡਸਟਰੀਅਲ ਟਾਈਮ ਨਾਲੋਂ ਅੱਪ ਹੋ ਜਵੇ ਤੇ ਇਹਦੇ ਕੀ ਕਨਸੀਕਵੈਂਸਸ ਹਨ ਨੰਬਰ 1 ਜਿਹੜੇ ਸਾਡੇ ਦਿਨ ਹੋਣਗੇ ਉਹ 4 ਡਿਗਰੀ ਵਾਰਮ ਹੋਣਗੇ ਜਿੱਥੇ 46 ਸੀ ਉਥੇ 50 ਹੋ ਜਾਏਗਾ ਜਿੱਥੇ 50 ਸੀ ਉਥੇ 54 ਹੋ ਜਾਏਗਾ ਇਸ ਤੋਂ ਅੱਗੇ ਜਿਹੜੇ ਸੀ ਲੈਵਲ ਹਨ ਉਹ 0.1 ਮੀਟਰ ਵੱਧ ਹੋਣਗੇ 1.5 ਨਾਲੋਂ ਇਸ ਤੋਂ ਅੱਗੇ ਜਿਹੜੇ ਕੋਰਲ ਰੀਫ ਹਨ ਉਹ 99% ਖਤਮ ਹੋ ਜਾਣਗੇ ਕੋਰਲ ਰੀਫ ਹੋ ਹੈ ਜਿੱਥੇ ਸਾਡੀ ਫਿਸ਼ਰੀ ਜਾਂ ਜਿਹੜੀ ਇਕਵਾਟਿਕ ਲਾਈਫ ਜਾਂ ਸ਼ੈਲ ਲਿਫ ਰਹੀ ਫਿਰ ਜਿਹੜਾ ਸਪੀਸੀਜ਼ ਲਾਸ ਹੈ ਉਹ ਡਬਲ ਹੋ ਜਾਏਗਾ ਕਿਉਂ ਉਹ ਇਨਸੈਕਟ ਹੈ ਬਰਡ ਹੈ ਇਨਸਾਨ ਹੈ ਵਰਟੀਬ੍ਰੇਟ ਹੈ ਜਿਹੜੀ ਪਾਵਰਟੀ ਐਂਡ ਹੰਗਰ ਹੈ ਉਹ ਮਿਲੀਅਨ ਮੋਰ ਪੀਪਲ ਹੋ ਜਾਣਗੇ 1.5 ਨਾਲ ਫਿਰ ਜਿਹੜੀਆਂ ਅਗੋਂ ਰੀਜਨਸ ਹੈ ਜਿਹੜੀਆਂ ਪੂਰ ਕੰਟਰੀ ਹੈ ਲੋ ਇਨਕਮ ਕੰਟਰੀ ਮਿਡ ਇਨਕਮ ਕੰਟਰੀ ਉਹਨਾਂ ਨੂੰ ਜ਼ਿਆਦਾ ਇਫੈਕਟ ਹੋਏਗਾ ਕਿਉਂਕਿ ਉਹਨਾਂ ਕੋਲ ਕੋਈ ਅਡਾਪਟੇਸ਼ਨ ਰੈਜੀਲੀਅੰਸ ਦੇ ਮੈਥਡ ਨੇ ਹੁਣ ਤੁਸੀਂ ਇਹ ਪਹਿਲਾਂ ਗੱਲ ਕਹੀ ਸੀ ਇਹ ਹਿਊਮਨ ਹੈਲਥ ਨੂੰ ਵੀ ਇੰਪੈਕਟ ਕਰਦੇ ਆ ਔਰ ਇਹਨਾਂ ਵਿੱਚੋਂ ਮੈਂਟਲ ਹੈਲਥ ਬਹੁਤ ਉੱਤੀ ਆ ਇੱਕ ਤਾਂ ਗਰਮੀ ਦੇ ਵਿੱਚ ਰਹਿਣਾ ਜਿਹੜੀ ਹੋਰ ਡਿਸੀਜ਼ ਹੈ ਵੈਕਟਰ ਬੋਰਨ ਦੂਜਾ ਚੰਗੇ ਭਲੇ ਲੋਕਾਂ 'ਚ ਡਿਪਰੈਸ਼ਨ ਸੈਟ ਇਨ ਹੋ ਜਾਂਦੀ ਹੈ ਔਰ ਗਰਮੀ ਦੇ ਵਿੱਚ ਰਹਿਣਾ ਜਿਹੜਾ ਹੈ ਉਹ ਕਾਫੀ ਇਹ ਮੁਸ਼ਕਲ ਹੋ ਜਾਏਗਾ ਹੁਣ ਬਿਲਕੁਲ ਇਹ ਸਾਇੰਸ ਨੇ ਵੀ ਪ੍ਰੂਵ ਕਰ ਦਿੱਤਾ ਹੁਣ ਅਸੀਂ ਇਹ ਮੰਨ ਗਏ ਆ ਵੀ ਜਿਹੜੀ ਕਲਾਈਮੇਟ ਚੇਂਜ ਹੈ ਉਹ ਅਸੀਂ ਕਾਜ਼ ਕੀਤੀ ਹੈ ਹਿਊਮਨ ਐਕਟੀਵਿਟੀ ਨੇ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਸੀ ਉਹ ਤਿੰਨੇ ਚੀਜ਼ਾਂ ریلیਟਡ ਹਨ ਹੁਣ ਪਿਛਲੇ ਸਵਾ 100 ਸਾਲ ਦੇ ਵਿੱਚ ਜਿੰਨੀ ਗਰਮੀ ਇਹਨੇ ਪਹਿਲਾਂ ਗਰਮੀ ਨਹੀਂ ਸੀ ਹੁਣ ਦੁਨੀਆ ਵਾਰਮ ਹੈ ਹਮਮ ਔਰ ਜਿਹੜੇ ਓਸ਼ਨ ਹੈ ਉਹਨਾਂ ਦੇ ਵਿੱਚ ਮੈਕਸਿਮਮ ਕਾਰਬਨ ਡਾਈਆਕਸਾਈਡ ਉਥੇ ਅਬਜ਼ਰਬ ਜਿਵੇਂ ਤੁਸੀਂ ਕੈਲੀਫੋਰਨੀਆ ਰੀਸੈਂਟਲੀ ਦੇਖਿਆ ਕਿ ਕਿੰਨੀਆਂ-ਕਿੰਨੀਆਂ ਵੇਵਜ਼ ਆ ਰਹੀਆਂ ਜੀ 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 ਅਗਰ ਸਮੁੰਦਰ ਗਰਮ ਹੋ ਜਾਂਦਾ ਹੈ ਜੀ ਤਾਂ ਐਕਸਪੈਂਸ਼ਨ ਹੁੰਦੀ ਹੈ ਪਾਣੀ ਬਿਲਕੁਲ ਉਹਦੇ ਨਾਲ ਇਫੈਕਟ ਹੈ ਉਬਲਦਾ ਹੈ ਕਿਸੇ ਸਮੇਂ ਹਾਂਜੀ ਬਿਲਕੁਲ ਉਬਲਦਾ ਹੈ ਬਿਲਕੁਲ ਉਬਲਦਾ ਹੁਣ ਜਿਹੜੀ ਤੁਹਾਡੇ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਸੀ ਵੀ ਜਿਹੜੀ ਕਾਰਬਨ ਡਾਈਆਕਸਾਈਡ ਹੈ ਇਟ ਲਾਸਟ ਫਾਰ ਸੈਂਚਰੀਜ਼ ਹਮ ਜਿਹੜਾ ਇਹਦਾ ਹੋਰ 파ਟਰਨਰ ਹੈ ਮੀਥੇਨ ਹਮ ਮੀਥੇਨ ਇਮੀਡੀਏਟਲੀ ਗਰਮੀ ਕਰਦਾ ਹਮ ਪਰ ਉਹਦੀ ਜਿਹੜੀ ਆ ਬਾਇਓਲੋਜੀਕਲ ਹਾਫ ਲਾਈਫ ਹੈ ਉਹ 10 ਤੋਂ 20 ਸਾਲ ਹੁੰਦੀ ਹੈ ਪਰ ਮੀਥੇਨ ਦੇ ਵੀ ਬੜੇ ਬੜੇ ਜ਼ਿਆਦਾ ਇਹ ਦੇ ਇਫੈਕਟਸ ਹੈ ਨੈਗੇਟਿਵ ਇਫੈਕਟ ਇਹ ਇਮੀਡੀਏਟ ਜਿਹੜੀ ਹੈ ਉਹ ਗਰਮੀ ਕਰ ਦਿੰਦਾ ਸੋ ਅਗਰ ਇਹ ਦੇਖਿਆ ਜਾਏ 2019 ਚ 300 ਬਿਲੀਅਨ ਮੈਨ ਵਰਕ ਆਵਰਸ ਇਹ ਗਰਮੀ ਕਰਕੇ ਲੂਜ਼ ਹੋਏ ਕਿਉਂਕਿ ਜਿੱਥੇ ਉਹ ਫੈਕਟਰੀ ਜਾਂ ਦੂਜਿਆਂ ਜਿਨ੍ਹਾਂ ਕੰਟਰੀਆਂ ਲੋਕੋ ਕੰਮ ਕਰਦੇ ਨਹੀਂ ਕਰ ਸਕਦੇ ਦੇ ਹੈਵ ਟੂ ਸ਼ੇਕ ਆਫ ਦਾ ਸੋ ਇਸ ਕਰਕੇ ਸਿਚੁਏਸ਼ਨ ਇਹ ਹੈ ਅਗਰ 2 ਡਿਗਰੀ ਹੋ ਗਿਆ ਤੇ ਇਹ ਕੁਆਇਟ ਹਾਈ ਹੋਏਗਾ ਟੂ ਲਿਵ ਕਰਨ ਵਾਸਤੇ ਪਰ ਜਿਹੜੀਆਂ ਸਾਡੀਆਂ ਪ੍ਰੋਜੈਕਸ਼ਨ ਚੱਲ ਰਹੀਆਂ ਜਿਹੜੀ ਤੁਸੀਂ ਗੱਲ ਕੀਤੀ ਹਾਂਜੀ ਹਾਂਜੀ ਇਹ ਤਿੰਨ ਪ੍ਰੋਜੈਕਸ਼ਨ ਚੱਲ ਰਹੀਆਂ ਜੀ ਅਗਰ ਜਿਵੇਂ ਅਸੀਂ ਹੁਣ ਚੱਲ ਰਹੇ ਹਾਂ ਤੇ ਸਾਡਾ 2100 ਦੇ ਵਿੱਚ ਵੀ ਕੈਨ ਗੋ 3.5 ਜਿਹੜਾ ਚਾਹੀਦਾ ਸਾਨੂੰ 1.5 ਸੋ ਅਸੀਂ ਡਬਲ ਕਰਮਗਾ ਜੇ ਸਾਡੇ ਅਜਦੇ ਦਿਨ ਵਾਲੇ ਪਲੈਜਿਸ ਐਂਡ ਟਾਰਗੇਟ ਜੋ 22 23 ਦੇ ਵਿੱਚ ਹੋਏ ਹਨ ਅਗਰ ਉਹ ਵੀ ਅਸੀਂ ਲਾਵਾਂਗੇ ਤਾਂ ਵੀ ਅਸੀਂ ਕੋਈ 2.1 ਦੇ ਲਾਗੇ 2.2 ਦੇ ਲਾਗੇ ਐਟ ધ ਐਂਡ ਆਫ ਦ ਸੈਂਚਰੀ ਐਟ ધ ਐਂਡ ਆਫ ਦ ਸੈਂਚਰੀ ਉਹ ਵੀ ਅਸੀਂ ਆਫ ਰੈਕਡ ਅਗਰ ਅਸੀਂ ਟੋਟਲੀ 1.5 ਤੇ ਰਹਿਣਾ ਤਾਂ ਸਾਨੂੰ ਇਮੀਡੀਏਟਲੀ 2030 ਤੱਕ ਹਾਫ ਕਾਰਮਸ ਕਾਰਬਨ ਐਮਿਸ਼ਨਸ ਕਰਨੀ ਪੈਗੀ ਇਹਨਾਂ ਮਤਲਬਾ ਫੋਸਲ ਫਿਊਲ ਘਟ ਕਰਨੇ ਪੈਣਗੇ ਔਰ ਜਿਹੜੇ ਸਾਡੇ ਰੀਨਿਊਏਬਲ એનર્ਜੀ ਦੇ ਇਨੀਸ਼ੀਏਟਿਵ ਹੈ ਉਹ 3 ਟਾਈਮਸ ਵਧਾਉਣੇ ਪੈਣਗੇ ਔਰ ਇਹਦੇ ਨਾਲ ਹੀ ਜਿਹੜੀ ਸਾਡੀ એનર્ਜੀ ਐਫੀਸ਼ੀਐਂਸ ਹੈ ਐਫੀਸ਼ੀਐਂਸੀ ਹੈ ਉਹਨੂੰ ਅਪ ਕਰਨਾ ਪਏਗਾ ਹੁਣ ਅਸੀਂ ਬਿਲਕੁਲ ਆਫ ਦਾ ਟਰੈਕ ਜਿਹੜੀ ਸੀਓਪੀ ਦੀ ਮੀਟਿੰਗ ਹੋਈ ਹੈ ਉਹ ਪਹਿਲੀ ਵਾਰੀ ਇਹ ਹੋਇਆ ਕਿ ਉਹਨਾਂ ਨੇ ਅਸੈਸਮੈਂਟ ਕੀਤੀ ਹੈ ਪੈਰਿਸ ਐਗਰੀਮੈਂਟ ਦੀ ਔਰ ਦੇ ਫਾਊਂਡ ਆਊਟ ਬਈ ਵੀ ਆਰ ਵੇ ਆਫ ਸਾਰੀ ਦੁਨੀਆ ਨੇ ਇਹ ਫੀਲ ਕੀਤਾ अबाउट 200 ਕੰਟਰੀਜ਼ ਹੀ ਹੁੰਦੇ ਜੀ 1 1 ਲੱਖ ਪਾਰਟਿਸਪੈਂਟ ਸੀ ਹਾਂ ਔਰ ਉਹ ਥੋੜਾ ਜਿਆਦਾ ਦੱਸ ਦਿੰਨੇ ਆ ਕਾਰਮਨ ਸਿੰਘ ਸਾਹਿਬ ਪਾਰਟੀ ਦੇ ਦੋ ਸੈਕਸ਼ਨ ਹੁੰਦੇ ਆ ਹਾਂਜੀ ਇੱਕ ਹੁੰਦਾ ਬਲੂ ਅੱਛਾ ਬਲੂ ਦੇ ਵਿੱਚ ਸਿਰਫ ਜਿਹੜੇ ਆਫੀਸ਼ੀਅਲ ਲੋਕ ਹੁੰਦੇ ਆ ਉਹ ਹੁੰਦੇ ਆ ਜੀ ਉਹ ਆਪਣੀ ਗੱਲਬਾਤ ਸਾਰੇ ਕੰਟੇਨ ਕਰਦੇ ਔਰ ਜਿਹੜਾ ਉਹਦਾ ਗ੍ਰੀਨ ਜ਼ੋਨ ਹੁੰਦਾ ਉਹਦੇ ਵਿੱਚ ਐਕਟੀਵਿਸਟ ਉਹਦੇ ਵਿੱਚ ਦੂਜੇ ਲੋਕ ਜੀ ਜੀ ਤੇ ਉਹ ਜੀ ਉਹ ਉਹ ਸਾਰੇ ਹੁੰਦੇ ਨੇ ਜਿੱਥੇ ਫਿਰ ਤੁਹਾਡੇ ਸਾਇੰਟਿਸਟ ਵੀ ਆਣ ਸਿਵਲ ਸੁਸਾਇਟੀ ਵੀ ਹੈ ਬਿਜ਼ਨੈਸਿਸ ਵੀ ਹੈ ਉਹ ਫਿਰ ਸਾਰੇ ਲੋਕ ਉੱਥੇ ਹੁੰਦੇ ਨੇ ਹੁਣ ਨਵਾਂ ਸਾਲ ਸ਼ੁਰੂ ਹੋਇਆ ਹਰ ਇੱਕ ਨੂੰ ਉਮੀਦ ਹੁੰਦੀ ਹੈ ਕਿ ਇਸ ਸਾਲ ਅਸੀਂ ਇਹ ਕੰਮ ਕਰਨੇ ਆ ਉਹ ਕੰਮ ਕਰਨੇ ਆ ਅਸੀਂ ਇੰਡੀਵਿਜੂਅਲ ਲੈਵਲ ਤੇ ਸੋਚਦੇ ਆ ਮੇਰੀ ਲਿਸਟ ਮੇਰੇ ਰੈਜ਼ੋਲਿਊਸ਼ਨਸ ਫਲਾਨਾ ਬਟ ਐਜ਼ ਅ ਸੁਸਾਇਟੀ ਐਂਡ ਖਾਸ ਕਰਕੇ ਜਦੋਂ ਅਸੀਂ ਸਾਇੰਟਿਫਿਕ ਸੁਸਾਇਟੀ ਦੀ ਗੱਲ ਕਰਦੇ ਆ ਯੂ ਆਰ men ਆਫ ਸਾਇੰਸ ਆਮ ਜੋ ਇਸ ਕਾਨਫਰੰਸ ਦੇ ਵਿੱਚ ਡਿਸਕਸ ਹੋਇਆ ਉਹ ਕਿੰਨਾ ਕਿੰਪੋਰਟੈਂਟ ਹੈ ਸਾਡੇ ਸਾਰਿਆਂ ਦੇ ਫਿਊਚਰ ਲਈ ਆਮ ਖਾਸ ਕਰਕੇ ਜਦੋਂ ਅਸੀਂ ਫੋਸਲ ਫਿਊਲਸ ਦੀ ਗੱਲ ਕਰਦੇ ਹਾਂ ਡਾਕਟਰ ਸਾਹਿਬ ਇਸ ਕੰਫਰੰਸ ਦੇ ਵਿੱਚ ਜੋ COP28 ਹੁਣੇ ਨਵੰਬਰ ਦੇ ਵਿੱਚ ਕੰਕਲੂਡ ਹੋਈ ਹੈ ਦੁਬਈ ਦੇ ਵਿੱਚ ਕੀ ਕੁਝ ਡਿਸਕਸ ਕੀਤਾ ਗਿਆ ਹੈ ਐਂਡ ਖਾਸ ਕਰਕੇ ਜਦੋਂ ਅਸੀਂ ਫੋਸਲ ਫਿਊਲਸ ਦੀ ਗੱਲ ਕਰਦੇ ਆ ਮੀਨ ਥਿਸ ਇਜ਼ ਅ ਬਿਗ ਡੀਲ ਥਿਸ ਇਜ਼ ਨੋਟੇਬਲ ਇਨ ਮੁਲਕਾ ਵੱਲੋਂ ਇਹ ਕਹਿਣਾ ਕਿ ਅਸੀਂ ਫੋਸਲ ਫਿਊਲਸ ਤੋਂ ਦੂਰ ਹਟਣ ਦੀ ਕੋਸ਼ਿਸ਼ ਕਰਾਂਏ ਖਾਸ ਕਰਕੇ ਚਾਈਨਾ ਵਰਗੇ ਮੁਲਕ ਜਿਸ ਤਰ੍ਹਾਂ ਤੁਸੀਂ ਕਿਹਾ ਸਮ ਆਫ ਦ ਵਰਲਡਸ ਲਾਰਜੈਸਟ ਪੋਲਿਊਟਰਸ ਅਮ ਇਹਦੇ ਬਾਰੇ ਸਾਨੂੰ ਪਲੀਜ਼ ਹੋਰ ਡੀਟੇਲਸ ਦੱਸੋ ਅਜੀਤ ਜੀ ਜਿਹੜੇ ਕਾਨਫਰੰਸ ਆਫ ਪਾਰਟੀ 28 ਦੁਬਈ ਚ ਹੋਈ ਸੀ ਯੂਨਾਈਟਿਡ ਅਰਬ ਏਮੀਰੇਟਸ ਦਾ ਜਿਹੜਾ ਪ੍ਰੈਜ਼ੀਡੈਂਟ ਸੀ ਕੰਪਨੀ ਦਾ ਉਹ ਇਸੇ ਮੀਟਿੰਗ ਦਾ ਪ੍ਰੈਜ਼ੀਡੈਂਟ ਵੀ ਸੀ ਔਰ ਸ਼ੁਰੂ ਥੋੜੀ ਕੰਟਰੋਵਰਸੀ ਵੀ ਤੋਂ ਹੋਈ ਵੀ ਪਤਾ ਨਹੀਂ ਜਿਹੜੇ ਅਰਬ ਕੰਟਰੀਜ਼ ਐ ਉਹ ਫਾਸਲ ਫਿਊਲ ਨੂੰ ਕਟਾਉਣਗੇ ਕਿ ਨਹੀਂ ਕਟਾਉਣਗੇ ਕਿਉਂਕਿ ਉਹ 11 ਕੰਟਰੀਆਂ ਐ ਜਿਹੜਾ ਦੁਨੀਆ ਦਾ 80% ਤੇਲ ਜਿਹੜਾ ਉਹ ਵੇਚ ਰਹੀਆਂ ਪਰ ਚਲੋ ਉੱਥੇ 9 ਰੈਜ਼ੋਲੂਸ਼ਨ ਪਾਸ ਹੋਏ ਆ ਅੱਛਾ ਜੀ ਅਸੀਂ ਇੱਕ ਇੱਕ ਕਰਕੇ ਆਪਣੇ ਈਵਰਜ਼ ਨੂੰ ਦੱਸਦੇ ਆ ਸਭ ਤੋਂ ਪਹਿਲਾਂ ਤਾਂ ਇਹ ਹੈ ਵੀ ਉਹਨਾਂ ਨੇ ਪੈਰਿਸ ਐਗਰੀਮੈਂਟ ਦੀ ਅਸੈਸਮੈਂਟ ਕੀਤੀ ਹੈ ਜਿਹੜਾ 2015 ਉਹ ਆਪਾਂ ਪਹਿਲਾਂ ਦੱਸ ਚੁੱਕੇ ਆ ਕਿ ਵੀ ਆਰ ਵੇ ਆਫ ਵੀ ਆਰ ਵੇ ਆਫ ਦਾ ਟਾਰਗੇਟ ਜਿਉਂ ਉਸ ਹਾਲਾ ਚੱਲੇਗਾ ਸਾਡੀ ਦੁਨੀਆ ਹੋ ਸਕਦੀ ਹੈ 3 ਤੋਂ 4 ਡਿਗਰੀ ਵੀ ਗਰਮ ਹੋ ਸਕਦੀ ਹੈ ਅਪ ਟੂ 20 100 ਸੋ ਨੰਬਰ 2 ਉਹਨਾਂ ਨੇ ਕੀਤਾ ਕਿ ਜਿਹੜੀ ਉਹ ਫਾਸਲ ਫਿਊਲ ਦੀ ਡਿਸਕਸ਼ਨ ਹੋਈ ਹੂੰ ਉਹਦੇ ਵਿੱਚ ਅੱਧੇ ਕੰਟਰੀਆਂ ਦਾ ਕਹਿ ਰਹੀਆਂ ਸੀ 100 ਵੀ ਇਹਨੂੰ ਫੇਜ਼ ਆਊਟ ਕਰੋ ਔਰ ਇਹਦੀ ਡੈਡਲਾਈਨ ਲਾਓ ਹੂੰ ਅੱਧੀਆਂ ਕਹਿ ਰਹੀਆਂ ਸੀ ਇਹਨੂੰ ਫੇਜ਼ ਡਾਊਨ ਕਰੋ ਔਰ ਜਿਹੜੀ ਡੈਡਲਾਈਨ ਹੈ ਉਹ ਕੋਈ ਸੋਲਿਡ ਨਹੀਂ ਸੀ ਦੇ ਰਹੇ ਪਰ ਐਕਚੁਅਲੀ ਫਿਰ ਜਿਵੇਂ ਉਹ ਪੋਲੀਟੀਕਲ ਡਿਸੀਜਨ ਕਹ ਲਓ ਦੂਜੇ ਕਹ ਲਓ ਉਹਨਾਂ ਨੇ ਉਹਦੀ ਲੈਂਗੁਏਜ ਲਿਖ ਦਿੱਤੀ ट्रांजिशन ਡਾਊਨ ਟ੍ਰਾਂਜੀਸ਼ਨ ਡਾਊਨ ਫਰਮ ਫੋਸਲ ਫਿਊਲਸ ਪਰ ਜਿਹੜੇ ਐਕਸਪਰਟ ਸੀ ਉਹਨਾਂ ਨੇ ਉੱਥੇ ਕਮੈਂਟ ਕੀਤਾ ਵੀ ਇਹਦੇ ਵਿੱਚ ਬੜੇ ਲੂਪ ਹੋਲ ਹੈ ਕੋਈ ਇਹਦੇ ਵਿੱਚ ਡੈਡਲਾਈਨ ਨਹੀਂ ਦਿੱਤੀ ਸੋ ਇਸ ਕਰਕੇ ਉਹ ਇਹ ਕਹਿੰਦੇ ਆ ਵੀ ਕੋਈ ਬਹੁਤ ਹੀ ਵੱਡਾ ਅਸੀਂ ਪੇਜ ਤੇ ਨਹੀਂ ਟਰਨ ਕਰ ਸਕੇ ਫਾਸਲ ਫਿਊਲ ਨੂੰ ਕੋਈ ਡੇਟ ਨਹੀਂ ਦੇ ਸਕੇ ਪਰ ਇਟਸ ਦਾ ਬਿਗਨਿੰਗ ਆਫ ਦਾ ਐਂਡ ਆਫ ਦਾ ਏਰਾ ਆਫ ਫਾਸਲ ਫਿਊਲਸ ਨੰਬਰ ਉਹਨਾਂ ਨੇ ਇੱਕ ਬੜੀ ਨਵੀਂ ਗੱਲ ਕੀਤੀ ਇਹ ਅਜ ਤੋਂ 5 ਸਾਲ ਪਹਿਲਾਂ ਜਿਹੜੀ ਕਾਨਫਰੰਸ 2018 ਚ ਹੋਈ ਸੀ ਉੱਥੇ ਇੱਕ ਉਹਨਾਂ ਨੇ ਕਿਹਾ ਸੀ ਵੀ ਅਗਲੇ 5 ਸਾਲਾਂ ਬਾਅਦ ਜਦੋਂ ਤੁਸੀਂ ਆਓਗੇ ਇਨ 2023 ਹਰ ਇੱਕ ਬੰਦੇ ਨੇ ਆਪਣੀ ਉਹਨੂੰ ਕਹਿੰਦੇ ਆ ਸਟਾਕ ਟੇਕ ਸਟਾਕ ਤੇ ਐਕਚੁਅਲੀ ਇਹ ਕੀ ਹੈ ਇਹ ਇਨਵੈਂਟਰੀ ਹੈ ਲਾਈਕ ਸਟੈਟਸ ਤੁਹਾਡਾ ਸਟੈਟਸ ਦੱਸੋ ਹਾਂ ਬਿਲਕੁਲ ਇਨਵੈਂਟਰੀ ਹਾਂ ਜਿਵੇਂ ਜੇ ਮਨ ਲਿਕਰ ਸਟੋਰ ਹੈ ਮੇਰੇ ਇਹ ਇੰਨੀ ਮੇਰੇ ਕੋਲ ਅਲਕੋਹਲ ਵਿਸਕੀ ਹੈ ਇੰਨੀ ਮੇਰੇ ਕੋਲ ਬੀਅਰ ਸੋ ਇਹ ਇਨਵੈਂਟਰੀ ਹੈ ਸੋ ਉਹ ਉਹਨਾਂ ਨੇ ਇਨਵੈਂਟਰੀ ਦੇ ਜਿਹੜੇ ਟਾਰਗੇਟ ਸੀਗੇ ਉਹ ਉਥੇ ਡਿਸਕਸ ਕੀਤੇ ਔਰ ਲੋਕਾਂ ਨੇ ਇਹ ਕਿਹਾ ਵੀ ਤੁਸੀਂ ਇਹ ਚੀਜ਼ਾਂ ਟਰਾਂਸਪੇਰੈਂਟ ਦੱਸੋ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸੀ ਇਹ ਮਲਟੀਲੈਟਰਲ ਡਿਸਿਜਨਸ ਹੈ ਇਹਦੇ ਵਿੱਚ ਕੋਈ ਲੀਗਲੀ ਤੁਸੀਂ ਇੱਕ ਦੂਜੀ ਕੰਟਰੀ ਨੂੰ ਕੋਰਟ 'ਚ ਨਹੀਂ ਖੜਾ ਕਰ ਸਕਦੇ ਪਰ ਅਗਰ ਅਸੀਂ ਸਾਰੇ ਪਲੈਨੈਟ ਦੇ ਇਹ ਕੰਟਰੀਜ਼ ਰਹਿ ਰਹੀਆਂ ਤੇ ਜੇ ਅਸੀਂ ਸਾਰੇ ਜਾਣੇ ਇਸ ਚੀਜ਼ ਨੂੰ ਘਟਾਵਾਂਗੇ ਆਪਣੀ ਸੱਚੀ ਗੱਲ ਦੱਸਾਂਗੇ ਤੋਂ ਬੈਟਰ ਹੈ ਨੰਬਰ 4 ਇਹਦੇ 'ਚ ਕੀ ਸੀ ਵੀ ਉਹਦੇ ਉਹਨਾਂ ਨੇ ਇਨੀਸ਼ੀਏਟਿਵ ਦੱਸਿਆ ਸਟਾਕ ਟੈਕ ਤੋਂ ਸਟਾਕ ਟੈਕ ਐਕਚੁਅਲੀ ਇੱਕ ਪ੍ਰੂਵਨ ਮੈਥਡ ਹੈ ਜਿਹੜਾ ਸਾਇੰਟਿਫਿਕ ਬੇਸ ਹੈ ਕਿਉਂਕਿ ਅਗਰ ਤੁਸੀਂ ਇੰਨੀ ਕਾਰਬਨ ਕਰੋਗੇ ਤਾਂ ਇੰਨੀ ਗਰਮੀ ਹੋਏਗੀ ਜੀ ਅਗਰ ਤੁਸੀਂ 10 ਇਹ ਕਾਰਬਨ ਦੇ ਯੂਨਿਟ ਸਟੋਗੇ ਨਹੀਂ ਸੋ ਇਹ ਸਾਇੰਸ ਬੇਸ ਹੈ ਸੋ ਉਹ ਡਿਸਕਸ ਕੀਤੇ ਗਏ ਇਸ ਤੋਂ ਅੱਗੇ ਜਿਹੜਾ ਸੀ ਇਨ ਜਿਹੜੀਆਂ ਸਬਸਿਡੀ ਸੀਗੀਆਂ ਫਾਸਲ ਫਿਊਲ ਦੀਆਂ ਉਹਦੇ ਤੇ ਵੀ ਬੜੀ ਬਹਿਸ ਹੋਈ ਹਮ ਬਈ ਇਹਨਾਂ ਨੂੰ ਜਿਹੜੀਆਂ ਇਨਫੀਸ਼ੈਂਟ ਸਬਸਿਡੀਆਂ ਹੈ ਇਹਨਾਂ ਨੂੰ ਕਟਾਇਆ ਜਾਏ ਪਰ ਉੱਥੇ ਕੋਈ ਲੰਮੀ ਚੌੜੀ ਸਕਸੈਸ ਉੱਥੇ ਫਿਰ ਨਹੀਂ ਮਿਲੀ ਜਿੰਨੇ ਸਾਡੇ ਅੰਬੀਸ਼ਨ ਸੀਗੇ ਉਹ ਸਾਡੇ ਐਕਸ਼ਨ ਦੇ ਵਿੱਚ ਪੂਰੇ ਨਹੀਂ ਹੋਏ ਇਸ ਤੋਂ ਅੱਗੇ ਹੁਣ ਇੱਕ ਨਵਾਂ ਪਾਠ ਸੀਗਾ ਨੰਬਰ 6 ਉਹਨਾਂ ਨੇ ਕਿਹਾ ਵੀ ਜਿਹੜੇ ਸੈਕਟਰ ਵਾਈਜ਼ ਡਿਡਕਸ਼ਨ ਕੀਤੀ ਜਾਏ ਅੱਛਾ ਜੀ ਜਿਵੇਂ ਹੁਣ 6 ਸੈਕਟਰ ਹੈ ਐਗਰੀਕਲਚਰ એનર્ਜੀ ਇੰਡਸਟਰੀ ਨੇਚਰ ਬਿਲਡਿੰਗ ਐਂਡ ਸਿਟੀਆਂ ਐਂਡ ਟ੍ਰਾਂਸਪੋਰਟ ਔਰ ਅਗਰ ਉਹਨਾਂ ਨੇ ਇਹ ਦੱਸਿਆ ਵੇ ਅਗਰੇ ਨਾਲ ਵਿੱਚੋਂ ਤੁਸੀਂ ਕੁਝ ਕਾਰਬਨ ਘਟਾ ਦਿਓ ਤੇ ਤੁਹਾਡੀ ਇਕਨਮੀ ਨੂੰ ਫਰਕ ਨਹੀਂ ਪਏਗਾ ਉਹ ਕਿਵੇਂ ਦੱਸਿਆ ਗਿਆ ਬਈ ਟੋਟਲ ਅਗਰ ਅਸੀਂ 30 ਜੀਟੀ ਹਾਂਜੀ ਕਿਉਂਕਿ ਅੱਜ ਦੇ ਦਿਨ ਦੁਨੀਆ ਦੇ ਵਿੱਚ 1970 ਤੋਂ ਲੈ ਕੇ 1.5 ਟ੍ਰਿਲੀਅਨ ਟਨਸ ਜਿਹੜੀ ਕਾਰਬਨ ਡਾਈਆਕਸਾਈਡ ਹੈ ਉਹ ਅਸੀਂ ਇਹਦੇ ਚ ਪਾ ਦਿੱਤੀ ਵਾਓ ਉਹਦੇ ਨਾਲ ਕੀ ਹੋਇਆ ਦੀ 50 ਗੈਗਰਟਨ ਕਾਂਗਰ ਜਿਹੜੀ ਕਾਰਬਨ ਹੈ ਟੋਟਲ ਉਹ ਸਾਡੇ ATMOSPHERE ਚ ਡਿਸਟ ਕਰਦੀ ਹੈ ਜੀ ਇਹਨੂੰ ਅਸੀਂ 50 ਤੋਂ 30 ਤੱਕ ਅਗਰ ਕਟਾ ਦਈਏ ਸਾਡੇ ਜਿਹੜੇ ਸਿਸਟਮ ਹੈ ਇਹ 6 ਸੈਕਟਰ ਦੇ ਉਹ ਪ੍ਰੋਵਾਈਡ ਕਰਦੇ ਹਾਂ ਉਹ ਉਹਨਾਂ ਨੇ ਕਿਵੇਂ ਕਿਹਾ ਵੀ ਐਗਰੀਕਲਚਰ ਨੂੰ 6.5 ਜੀਟੀ ਘਟਾ ਦੇਣਾ ਚਾਹੀਦਾ ਹੈ એનર્ਜੀ ਤੋਂ 8.2 ਘਟਾ ਸਕਦੇ ਹਾਂ ਇੰਡਸਟਰੀ ਤੋਂ 5.5 ਜੀਟੀ ਘਟਾ ਸਕਦੇ ਹਾਂ ਨੇਚਰ ਬੇਸ ਇਕੋਸਿਸਟਮ ਤੋਂ 6 ਜੀਟੀ ਘਟਾ ਸਕਦੇ ਆ ਬਿਲਡਿੰਗ ਐਂਡ ਸਿਟیز ਤੋਂ 6 ਗিগਟਨ ਘਟਾ ਸਕਦੇ ਆ ਟਰਾਂਸਪੋਰਟ ਤੋਂ 4 ਕਰਦੇ ਆ ਇਹ ਐਕਚੁਅਲੀ ਅਗਰ ਇੰਨੇ ਅਸੀਂ ਘਟਾ ਦਈਏ ਜੀ ਇਹ ਜਿੰਨੀ ਸਾਨੂੰ ਲੋਡ ਹੈ ਉਹਦੇ ਨਾਲੋਂ ਜ਼ਿਆਦਾ ਹੈ ਵਾਓ ਸੋ ਵੀ ਕੈਨ ਕਮ ਬੈਕ ਵੀ ਕੈਨ ਜਿਵੇਂ ਆਪਾਂ ਪਹਿਲਾਂ ਕਿਹਾ ਸੀ ਪਰ ਉਹਦੇ ਵਾਸਤੇ ਸਾਨੂੰ ਸਾਰਿਆਂ ਨੂੰ ਕਰਨਾ ਪਏਗਾ ਅਗਲਾ ਪੁਆਇੰਟ ਇਹਦਾ 7ਵਾਂ ਹੈ ਹੈਲਪਿੰਗ ਦਾ ਪਵਰ ਕੰਟਰੀ ਜੀ ਛੋਟੇ ਮੁਲਕਾਂ ਨੂੰ ਹਾਂ ਉਹਦੇ ਵਾਸਤੇ ਕਈ ਫੰਡ ਬਣੇ ਆ ਲਾਸ ਐਂਡ ਡੈਮੇਜ ਫੰਡ ਬਣਿਆ ਹੈ ਇਹ ਛੋਟੀਆਂ ਕੰਟਰੀਆਂ ਦੇ ਫੰਡ ਦੇ ਨਾਮ ਹੈ ਜੀ ਗ੍ਰੀਨ એનર્ਜੀ ਫੰਡ ਹੈ ਸੋ ਇਹਦੇ ਵਿੱਚ ਪੈਸੇ ਆ ਪਰ ਜਦੋਂ ਫਿਰ ਸਾਰਿਆਂ ਨੂੰ ਕੈਲਕੂਲੇਟ ਕੀਤਾ ਗਿਆ ਤੇ ਦੇ ਆਰ ਵੇ ਸ਼ਾਂਟ ਵੀ ਨੀਡ ਟ੍ਰਿਲੀయన్స్ ਵੀ ਆਰ ਨਾਟ ਈਵਨ ਇਨ ਬਿਲੀయన్స్ ਸੋ ਇਸ ਕਰਕੇ ਜਿਵੇਂ 2009 ਦੇ ਵਿੱਚ ਜਿਹੜੀਆਂ ਡਿਵੈਲਪਡ ਕੰਟਰੀ ਸੀ ਜਿਵੇਂ ਆਪਾਂ ਗੱਲ ਕੀਤੀ ਉਹਨਾਂ ਨੇ 100 ਬਿਲੀਅਨ ਡਾਲਰ ਦੀ ਕਮਿਟਮੈਂਟ ਆਏ ਸਾਲ 2020 ਚ ਸ਼ੁਰੂ ਕਰਨੀ ਸੀ ਉਹ ਨਹੀਂ ਹੋਈ ਉਹ ਅਸੀਂ ਨਹੀਂ ਨਹੀਂ ਕਰ ਸਕੇ ਸੋ ਇਸ ਕਰਕੇ ਹੁਣ ਉਹਨਾਂ ਨੇ ਇੱਕ ਨਵਾਂ ਸਿਸਟਮ ਇਹ ਰਿਜ ਦੱਸਿਆ ਭਈ ਇੱਕ ਸ਼ੇਅਰ ਇੱਕ ਫੇਅਰ ਸ਼ੇਅਰ ਬੇਸਿਸ ਤੇ ਇਹ ਕੰਮ ਕੀਤਾ ਜਾਏਗਾ ਅਗਰ ਮੇਰੇ ਕੰਟਰੀ ਨੇ ਕੋਈ ਹਿਮਿਸ਼ਨ ਘਟ ਕੀਤੀ ਹੈ ਔਰ ਮੈਨੂੰ ਪੁਰਾਣੀਆਂ ਹਿਮਿਸ਼ਨਸ ਦਾ ਸਾਡੇ ਤੋਂ ਨੁਕਸਾਨ ਜ਼ਿਆਦਾ ਹੈ ਤੇ ਉਹਨਾਂ ਕੰਟਰੀਆਂ ਨੂੰ ਅਸੀਂ ਪੈਸਾ ਜ਼ਿਆਦਾ ਦੇਵਾਂਗੇ ਕਿਉਂਕਿ ਉਹਨਾਂ ਦੇ ਰੈਜ਼ੀਲੀਅੰਟ ਸਿਸਟਮ ਕਰੀਏ ਇਹ ਅਗਲੀ ਆਪਾਂ ਅਗਲੀ ਸੈਗਮੈਂਟ ਚ ਇਹਨੂੰ ਦੇਖਾਂਗੇ ਬਈ ਇਹਦੇ ਚ ਜੇ ਅਸੀਂ ਕਿੰਨੀ ਇਹਦੇ ਚ ਇਨਵੈਸਟਮੈਂਟ ਕਰੀਏ ਤੇ ਉਹਦਾ ਕਿੰਨਾ ਫਾਇਦਾ ਸੋ ਫਿਰ ਜਿਹੜਾ ਇਹਦਾ ਲਾਸਟ ਪੁਆਇੰਟ ਹੋਇਆ ਸੀ ਇੱਥੇ ਬਈ ਇੱਕ ਹਾਲੇ ਵੀ ਇੱਕ ਨੀਡ ਹੈ ਵੀ ਮਲਟੀਲੇਟਰਲ ਡਿਸੀਜਨ ਕੀਤੇ ਜਾਣ ਫਾਈਨੈਂਸ਼ੀਅਲ ਆਰਕੀਟੈਕਚਰ ਜਿਹੜਾ ਹੈ ਕਲਾਈਮੇਟ ਚੇਂਜ ਦਾ ਉਹ ਡਿਫਰੈਂਟ ਢੰਗ ਨਾਲ ਬਣਾਇਆ ਜਾਏ ਸੋ ਥੈਟ ਜਿਹੜੇ ਸਾਰੇ ਕੰਟਰੀਜ਼ ਐ ਉਹਨਾਂ ਦੇ ਨਿਊ ਗੋਲਸ ਪੁਰਾਣੇ ਗੋਲ ਸਾਰੇ ਅਸੀਂ ਮੀਟ ਕਰ ਸਕੀਏ ਤੇ ਜਿਹੜੀ ਇਹ ਫੰਡਿੰਗ ਅਸੀਂ ਤੋਂ ਅੰਦਸੀ ਹੈ ਇਹ ਵਾਲੇ ਘਟ ਹੈ ਹੁਣ ਇਹਦਾ ਅੱਗੇ ਸੀਗਾ ਵੀ ਲੂਕਿੰਗ ਅਹੈਡ ਜਿਹੜੇ ਅਗਲੇ 2 ਸਾਲ ਐ ਉਹ ਬੜੇ ਕ੍ਰਿਟੀਕਲ ਹੈ ਜੀ ਜੀ ਹਮ ਜਿਹੜੀ COP29 ਹੋਏਗੀ ਉਹਦੇ ਵਿੱਚ ਸਾਨੂੰ ट्रांजिशन ਟੂ ਡੀਕਾਰਬੋਨਾਈਜ਼ ਇਕਨੋਮੀ ਵੱਲ ਨੂੰ ਜਾਣਾ ਪਏਗਾ ਔਰ ਉਸ ਤੋਂ ਬਾਅਦ ਜਿਹੜੇ ਕੰਟਰੀਜ਼ ਨੇ ਜੋ ਕੁਝ ਵੀ ਸਾਈਨ ਕੀਤਾ ਉਹਦੇ ਤੇ ਉਹਨਾਂ ਨੂੰ ਕਮਿਟਿਡ ਰਹਿਣਾ ਚਾਹੀਦਾ ਔਰ ਇੱਕ ਨਵੀਂ ਚੀਜ਼ ਅਖੀਰ ਤੇ ਐਡ ਹੋਈ ਹੈ ਵੀ ਐਗਰੀਕਲਚਰ ਸਿਸਟਮ ਜਿਹੜੇ ਹਨ ਉਹਨਾਂ ਵਿੱਚੋਂ ਵੀ ਸਾਨੂੰ ਚੀਜ਼ਾਂ ਕਟਾਉਣੀਆਂ ਚਾਹੀਦੀਆਂ ਸੋ ਆਈਵੇ ਦੇ ਵਿੱਚ ਅਸੀਂ 3 ਬਿਲੀਅਨ ਟਨ ਫੂਡ ਬਣਾ ਰਹੇ ਹਾਂ ਹਾਂਜੀ 30% ਅਸੀਂ ਵੇਸਟ ਕਰ ਰਹੇ ਹਾਂ ਪਰ ਉਹ ਵੇਸਟ ਹੋ ਰਿਹਾ ਪਰ ਜਿਹੜੀ ਸਾਡੀ এনवायरमेंट ਹੈ ਉਹ ਖਰਾਬ ਹੋ ਰਹੀ ਹੈ ਜਿਹੜੇ ਸਾਡੇ ਪ੍ਰੈਸੈਂਟ ਫੂਡ ਸਿਸਟਮ ਹੈ ਇਹ 12 ਟ੍ਰਿਲੀਅਨ ਡਾਲਰ ਹਿਡਨ ਲਾਸਸ ਹੈ ਅੱਗੇ ਵੀ ਇੱਕ ਵਾਰੀ ਆਪਾਂ ਦੱਸਿਆ ਸੀ ਸੋ ਇਹ ਐਗਰੀਕਲਚਰ ਸਿਸਟਮ ਨੂੰ ਜੇ ਅਸੀਂ ਕਟਾ ਦਈਏ ਤੇ ਇਹ ਵੀ 2 ਟ੍ਰਿਲੀਅਨ ਡਾਲਰ ਪਰイヤー ਸਾਨੂੰ ਇਹ ਪੋਜ਼ਿਟਿਵ ਕਰ ਸਕਦੇ ਹੈ ਜਦੋਂ ਅਸੀਂ ਵੇਖਦੇ ਹਾਂ ਕਿ ਯੂਨਾਈਟਿਡ ਸਟੇਟਸ ਦੇ ਸਾਦਰਨ ਬਾਰਡਰ ਤੇ ਕੀ ਕ੍ਰਾਈਸਿਸ ਇਸ ਵਿਲ ਇਨਫੋਲਡ ਹੋ ਰਹੀ ਹੈ ਲੋਕ ਕਿੰਨੀ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਬਾਰਡਰ ਟੱਪ ਕੇ ਜਾਂ ਸਾਈਲਮ ਲੈ ਕੇ ਇੱਥੇ ਆ ਰਹੇ ਹਨ ਉਹਦੇ ਵਿੱਚ ਇੱਕ ਵੱਡਾ ਕਾਰਨ ਇਸ ਕਰਕੇ ਵੀ ਹੈਗਾ ਕਿ ਉਹਨਾਂ ਲੋਕਾਂ ਦੇ ਕੋਲ ਜਿੱਥੇ ਉਹ ਰਹਿ ਰਹੇ ਜਿੱਥੋਂ ਆ ਰਹੇ ਹੈ ਸਾਊਥ ਅਮਰੀਕਾ ਦੇ ਕਾਫੀ ਗਰੀਬ ਮੁਲਕਾਂ ਦੇ ਵਿੱਚ ਕੋਈ ਸਪੋਰਟ ਸਿਸਟਮ ਨਹੀਂ ਐਨਵਾਇਰਨਮੈਂਟਲੀ ਸਪੀਕਿੰਗ ਉਹਨ ਪੋਪੂਲੇਸ਼ਨ ਨੂੰ ਸਿੰਪਲ ਖਾਣ ਪੀਣ ਦੇ ਤੁਸੀਂ ਕਹਿ ਲੋ ਪ੍ਰੋਵੀਜ਼ਨਸ ਪ੍ਰੋਵਾਈਡ ਕਰਨ ਦਾ ਸੋ ਇਸੇ ਕਰਕੇ ਉਹ ਲੋਕੀ ਇੱਥੇ ਆਂਦੇ ਕਿ ਸਾਨੂੰ ਇਸ ਮੁਲਕ ਦੇ ਵਿੱਚ ਕੋਈ ਜ਼ਿਆਦਾ ਓਪਰਚ्युनिटी ਮਿਲ ਜਾਏ ਅਸੀਂ ਇੱਕ ਸਿੰਪਲ ਰੋਜ਼ੀ ਰੋਟੀ ਤਾਂ ਪ੍ਰੋਵਾਈਡ ਕਰ ਸਕੇ ਨਾ ਹ ਅਮੇਜਿਨ ਅਗਰ ਦੁਨੀਆ ਦੇ ਅੱਧੇ ਹਿੱਸੇ ਦੇ ਵਿੱਚ ਇਹੋ ਜੀ ਤ੍ਰਾਸਦੀ ਆਏ ਅਸੀਂ ਉਸੇ ਰਿਐਲਿਟੀ ਵੱਲ ਦੌੜ ਰਹੇ ਹਾਂ ਜਦੋਂ ਅਸੀਂ ਵੇਖਦੇ ਹਾਂ ਕਿ ਦੁਨੀਆ ਦੀ ਗਲੋਬਲ ਟੈਂਪਰੇਚਰਸ ਕਿੰਨੀ ਤੇਜ਼ੀ ਦੇ ਨਾਲ ਵੱਧ ਰਹੇ ਹਨ ਉਹਦਾ ਇੰਪੈਕਟ ਕੀ ਹੋਏਗਾ ਪਰ ਜਿੱਥੇ ਅਸੀਂ ਵੇਖਦੇ ਹਾਂ ਕਿ ਕਲਾਈਮੇਟ ਚੇਂਜ ਦਾ ਇੱਕ ਫਾਈਨੈਂਸ਼ੀਅਲ ਪ੍ਰਾਈਸ ਟੈਗ ਕਿੰਨਾ ਵੱਡਾ ਸੋਸਾਇਟੀ ਤੇ ਲੱਗ ਰਿਹਾ ਹੈ ਐਵਰੀ ਟਾਈਮ ਕੋਈ ਐਕਸਟ੍ਰੀਮ ਸਟਾਰਮ ਹੁੰਦਾ ਹੈ ਉਹਦੀ ਕੀਮਤ ਸਾਨੂੰ ਚੁਕਾਣੀ ਪੈਂਦੀ ਹੈ ਉਹਨੂੰ ਪ੍ਰिवेंट ਕਰਨ ਲਈ ਵੀ ਸਾਨੂੰ ਇੱਕ ਫਾਈਨੈਂਸ਼ੀਅਲ ਤੁਸੀਂ ਕਹਿ ਲਓ ਇਨਸੈਂਟਿਵ ਵੱਲ ਦੇਖਣਾ ਚਾਹੀਦਾ ਇਨ ਫੈਕਟ ਡਾਕਟਰ ਬਾਜੋ ਜੀ ਤੁਸੀਂ ਸਾਨੂੰ ਦੱਸ ਰਹੇ ਸੀ ਸਾਡੀ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲੇ ਹੀ ਗੱਲ ਹੋ ਰਹੀ ਸੀ ਕਿ ਅਗਰ ਲੋਕੀ ਔਰ ਸੁਸਾਇਟੀ ਜਾਂ ਸਰਕਾਰਾਂ ਵੱਲੋਂ ਇੱਕ ਵੱਡੀ ਐਫਰਟ ਹੋਏ ਰੀਨਿਊਏਬਲ એનਰਜੀਜ਼ ਵੱਲ ਜਾਣ ਦੀ ਫੋਸਿਲ ਫਿਊਲ ਤੋਂ ਪਿੱਛੇ ਹਟਣ ਦੀ ਉਹਦੇ ਵਿੱਚ ਐਕਚੁਅਲੀ ਸਾਨੂੰ ਫਾਈਨੈਂਸ਼ੀਅਲ ਫਾਇਦਾ ਹੈ ਕੁਝ ਨੰਬਰਸ ਤੁਸੀਂ ਮੈਨੂੰ ਦੱਸ ਰਹੇ ਸੀ ਆਈ ਲਵ ਟੂ ਹਿਅਰ ਦਮ ਅਗੇਨ ਅਜ ਦੇਖੋ ਵੀ ਇਹ ਕਿਉਂ ਇੰਪੋਰਟੈਂਟ ਹੈ ਤੁਸੀਂ ਮੈਨੂੰ ਇਹ ਹੀ ਪੁੱਛ ਰਹੇ ਜੇ ਵੀ ਕਲਾਈਮੇਟ ਐਕਸ਼ਨ ਦੇ ਨਾਲ ਫੋਸਲ ਫਿਊਲ ਘਟਾਉਣੇ ਕਾਰਬਨ ਡਾਈਆਕਸਾਈਡ ਘਟਾਉਣੀ ਗਲੋਬਲ ਟੈਂਪਰੇਚਰ ਕਿਉਂ ਇੰਪੋਰਟੈਂਟ ਦੇਖੋ ਕੋਸ਼ਿਸ਼ ਅਸੀਂ ਗੱਲਾਂ ਵਿੱਚ ਦੇਖਦੇ ਆਂ ਪਹਿਲੀ ਚੀਜ਼ ਇਹ ਹੈ ਕਿ ਇਟਸ ਨਾਟ ਅ ਬਜਟ ਬਸਟਰ ਇਹ ਕੋਈ ਸਾਡੀ ਇਕਨੋਮੀ ਨੂੰ ਗਵਰਨਮੈਂਟ ਦੇ ਬਜਟਸ ਨੂੰ ਇਹ ਰੈਕ ਨਹੀਂ ਕਰ ਦੇਗਾ ਸੋ ਇਟਸ ਅ ਡੂਏਬਲ ਅੱਛਾ ਜੀ ਅਗਰ ਅਸੀਂ ਸ਼ਿਫਟਿੰਗ ਟੂ ਗ੍ਰੀਨ ਇਕਨੋਮੀ ਵੱਲ ਚਲੇ ਜਾਈਏ ਤੇ ਸਾਡੇ 26 ਟ੍ਰਿਲੀਅਨ ਡਾਲਰ ਦਾ ਫਾਇਦਾ ਹੋ ਸਕਦਾ ਹਮਮ ਔਰ 65 ਮਿਲੀਅਨ ਨਿਊ ਜੌਬਸ ਉਹਦੇ ਚਾ ਸਕਦੀ ਵਾਓ ਵਰਲਡਵਾਈਡ ਇਹ ਵਰਲਡਵਾਈਡ ਇਨਵੈਸਟਮੈਂਟ ਜਿਹੜੀ ਹੈ ਸਾਡੀ ਨੈਕਸਟ 15 ਸਾਲਾਂ ਦੇ ਵਿੱਚ ਟੋਟਲ ਦੁਨੀਆ ਦੀ 90 ਟ੍ਰਿਲੀਅਨ ਡਾਲਰਸ ਹੈ ਨੋ ਡਾਊਟ ਦੈਟ ਸੀਮਸ ਵੈਰੀ ਬਿਗ ਜੀ ਪਰ ਇਹਦੇ ਫਾਇਦੇ ਜਿਹੜੇ ਹਨ ਅਡਾਪਟੇਸ਼ਨ ਤੇ ਜਿਹੜਾ ਰੈਜ਼ੀਲੀਅੰਸ ਉਹਨਾਂ ਛੋਟੇ ਕੰਟਰੀਆਂ ਦੀ ਜਾਂ ਜਿਹੜੇ ਤੁਸੀਂ ਵਲਨਰੇਬਲ ਕਮਿਊਨिटीज ਕਹਰੇ ਜੇ ਜਾਂ ਇਵਨ ਕੱਲ ਨੂੰ ਅਗਰ ਜਿਹੜੇ ਡਿਵੈਲਪਡ ਕੰਟਰੀਆਂ ਉੱਥੇ ਵੀ ਆ ਸਕਦਾ ਬਿਲਕੁਲ ਉੱਥੇ ਅਗਰ ਤੁਸੀਂ 1 ਡਾਲਰ ਇਨਵੈਸਟ ਕਰ ਦੇ ਜੇ ਹੂੰ ਤੇ ਉਹਦੇ 4 ਡਾਲਰ ਦਾ ਫਾਇਦਾ ਹੁੰਦਾ ਆਕਨੋਮੀ ਨੂੰ ਵਾਹ ਇਸ ਤੋਂ ਅੱਗੇ ਜਿਹੜੇ ਸਾਡੇ ਸਿਟੀਜ਼ ਹਨ ਅਗਰ ਇਹਨਾਂ ਨੂੰ ਕੰਪੈਕਟ ਕਨੈਕਟਡਨੈਸ ਇਥੋਂ ਵੀ ਆ ਟਰਾਂਸਪੋਰਟ ਸਿਸਟਮ ਦੂਜੇ ਤੀਜੇ ਅਗਰ ਉਹ ਚੇਂਜ ਕੀਤੇ ਜਾਣ ਤੇ ਸਾਨੂੰ ਇਹ 2050 ਤੱਕ 27 ਸਾਲਾਂ ਚ 17 ਟ੍ਰਿਲੀਅਨ ਡਾਲਰ ਦਾ ਫਾਇਦਾ ਹੋ ਸਕਦਾ ਇਨ ਇਸ ਤੋਂ ਅੱਗੇ ਜਿਹੜਾ ਸਸਟੇਨੇਬਲ ਐਗਰੀਕਲਚਰ ਦੀ ਅਸੀਂ ਗੱਲ ਕੀਤੀ ਹੈ ਭਈ ਸਾਡੇ ਕੈਮੀਕਲ ਕੱਟ ਜਾਣ ਹੂੰ ਹੂੰ ਸਾਡੀ ਹੋਰ ਫਰਟੀਲਾਈਜ਼ਰ ਕੱਟ ਜਾਣ ਜੀ ਉਹ ਸਾਨੂੰ 2 ਟ੍ਰਿਲੀਅਨ ਡਾਲਰ ਪਰ ਸਾਲ ਬਚਾ ਸਕਦਾ ਵਾਹ ਇਸ ਤੋਂ ਅੱਗੇ ਜੇ ਅਸੀਂ ਡਬਲ ਕਰ ਦਈਏ ਰੀਨਿਊਏਬਲ એનર્ਜੀ ਨੂੰ ਉਹ ਸਾਨੂੰ 4 ਟ੍ਰਿਲੀਅਨ ਡਾਲਰ ਪਰイヤー ਬਚਾ ਸਕਦੀ ਹੈ ਹੁਣ ਜਿਹੜੀ ਪ੍ਰਾਈਸਿੰਗ ਕਾਰਬਨ ਨੂੰ ਅਗਰ ਫੇਜ਼ਿੰਗ ਆਊਟ ਫਿਊਸਲ ਫਾਸਲ ਫਿਊਲ ਕੀਤੇ ਜਾਣ ਉਹ ਸਾਨੂੰ 2.8 ਟ੍ਰਿਲੀਅਨ ਡਾਲਰ ਪਰ ਸਾਲ ਬਚਾ ਸਕਦੇ ਜਿਹੜੇ ਬੈਟਰ ਵੇਸਟ ਮੈਨੇਜਮੈਂਟ ਹੈ ਹਾਂਜੀ ਅਗਰ ਉਹਨੂੰ ਅਸੀਂ ਕਰੀਏ ਜਿਵੇਂ ਲੈਂਡਫਿਲ ਦੂਜੀ ਇਹਦੇ ਵਿੱਚ 6% ਇਕਨੋਮੀ ਨੂੰ ਬੂਸਟ ਮਿਲ ਸਕਦਾ ਇਨ ਸਰਟਨ ਏਰੀਆ ਪਰ 3% ਐਵਰੇਜ ਤਾਂ ਪੱਕੀ ਚਲਾ ਕੇ ਚੱਲੋ ਦੇਖੋ ਹੁਣ ਜਿਹੜਾ ਨਾ ਕਾਸਟ ਆਫ ਇਨ ਐਕਸ਼ਨ ਥੈਟ ਇਜ਼ ਟੂ ਬਿਗ ਉਹ ਥੋੜਾ ਇਸ ਤਰ੍ਹਾਂ ਦੇਖਦੇ ਆ ਵੀ ਅਗਰ ਅਸੀਂ ਕੁਝ ਨਹੀਂ ਕਰਦੇ ਦੈਨ ਵੀ ਵਿਲ ਬੀ ਮੋਰ ਡੈਮੇਜਿੰਗ ਆਵਰ ਸਰ ਕਿਉਂਕਿ ਅਗਰ ਇਸੇ ਹਿਸਾਬ ਤੇ ਐਮਿਸ਼ਨਸ ਚਲਦੀਆਂ ਰਹਿਣ ਤੇ ਜਿਹੜੀ ਸਾਡੀ ਦੁਨੀਆ ਦੀ ਜੀਡੀਪੀ ਹੈ ਉਹ 2050 ਤੱਕ 14% ਡਾਊਨ ਹੋ ਜਾਏ ਅਗਰ ਅਸੀਂ ਕੁਝ ਨਹੀਂ ਕਰਦੇ ਅਗਰ ਅਸੀਂ ਹੋਣ ਵਾਲੇ ਨਾਲੋਂ ਵੀ ਉੱਤੇ ਟੱਪ ਜਾਂਦੇ ਆ ਫਿਰ ਸਾਡੀ ਜੀਡੀਪੀ ਜਿਹੜੀ ਹੈ ਉਹ 18% ਲੂਜ਼ ਹੋ ਸਕਦੀ ਹੈ ਹੁਣ ਅਸੀਂ ਅਗਰ ਕੀਪਿੰਗ ਬਿਲੋ 2 ਡਿਗਰੀ ਵਾਰਮਿੰਗ ਜੇ ਅਸੀਂ 1.5 ਤੱਕ ਰਹੀਏ ਉਦੋਂ ਥੱਲੇ ਸਾਡੀ ਸਿਰਫ ਜਿਹੜਾ ਜੀਡੀਪੀ ਲਾਸ ਹੈ ਉਹ 4% ਹੋਏਗਾ ਪਹਿਲੇ ਸਿਨੈਰੀਓਜ਼ ਚ ਯਾਦ ਆ ਹੁਣ ਜਿਹੜੀ ਐਂਡਿੰਗ ਕਲਾਈਮੇਟ ਚੇਂਜ ਕਲਾਈਮੇਟ ਚੇਂਜ ਨੂੰ ਅਗਰ ਅਸੀਂ 20 ਸਾਲਾਂ ਦੇ ਵਿੱਚ ਇਨਵੈਸਟ ਕਰੀਏ ਤੇ ਸਾਨੂੰ ਕੋਈ 50 ਟ੍ਰਿਲੀਅਨ ਮੈਕਸਿਮਮ ਹੈ ਪਰ ਇਹ ਮੈਂ ਮੈਕਸਿਮਮ ਨੰਬਰ ਦੱਸ ਰਿਹਾ ਇਹ ਤੋਂ ਘਾਟੀ ਲੱਗੇਗਾ ਪਰ ਅਗਰ ਅਸੀਂ 50 ਵੀ ਲਾ ਕੇ ਚੱਲੀਏ ਤਾਂ ਉਹ ਸਾਨੂੰ 2.5 ਟ੍ਰਿਲੀਅਨ ਡਾਲਰ ਜਾਂ 3% ਜੀਡੀਪੀ ਇਹ ਇਨਵੈਸਟਮੈਂਟ ਹੈ ਇਹਦੇ ਜਿਹੜੇ ਗੇਨਸ ਹੈ ਉਹ ਮੈਂ ਤੁਹਾਨੂੰ ਦੱਸਿਆ 4 ਗੁਣਾ ਅਗਰ ਅਸੀਂ 50 ਟ੍ਰਿਲੀਅਨ ਲਾਵਾਂਗੇ ਤੇ 200 ਟ੍ਰਿਲੀਅਨ ਜਿਹੜਾ ਹੈ ਉਹ ਵਾਪਸ ਇਕਨੋਮੀ ਚ ਆਏਗਾ ਹੁਣ ਅਸੀਂ ਮੈਂ ਦੇਖਦਾ ਸੀ ਕੱਲ ਇੱਕ ਮੈਂ ਆਰਟੀਕਲ ਬੜਾ ਕਰੰਟ ਪੜ੍ਹਿਆ ਸੀ ਚਾਈਨਾ ਦੇ ਵਿੱਚ 18 ਤੇ 19 ਦਸੰਬਰ ਨੂੰ ਹਾਂਜੀ ਪ੍ਰੈਜ਼ੀਡੈਂਟ ਸੀ ਜਿਹੜੇ ਉਹਨਾਂ ਦੇ ਹਨ ਉਹਨਾਂ ਨੇ ਇੱਕ ਮੀਟਿੰਗ ਕੀਤੀ ਹੈ ਅਰੋਲਾ ਹੈਡਿੰਗ ਉਹਨਾਂ ਨੇ ਰੱਖਿਆ ਸੀ ਇਹ 3 ਰੂਰਲਸ ਹਮ 3 ਰੂਰਲਸ ਮੀਨ ਆਰ ਯੂ ਆਰ ਐਲ ਜਿਵੇਂ ਪਿੰਡੂ ਲੱਗ ਉਹਨਾਂ ਨੇ ਤਿੰਨ ਚੀਜ਼ਾਂ ਉੱਤੇ ਡਿਸਕਸ ਕੀਤੀਆਂ ਇੱਕ ਐਗਰੀਕਲਚਰ ਇੱਕ ਉਹਨਾਂ ਦੇ ਜਿਹੜੇ ਪਿੰਡੂ ਇਲਾਕੇ ਰੂਰਲ ਇਲਾਕੇ ਤੀਜਾ ਫਾਰਮਰ अरुणा ने चार चीजों से एम्फसाइज़ करने एक तो अपनी डोमेस्टिक प्रोडक्शन ਵਧਾਉਣਗੇ ਫੂਡ ਦੀ ਜਿਹੜੀ ਕਲਾਈਮੇਟ ਦੇ ਫਿੱਟ ਹੋਏਗੀ ਹਮ ਔਰ ਦੂਜੀਆਂ ਉਹ ਪਾਲਿਸੀ ਜਿਹੋ ਜੀਆਂ ਬਣਾਉਣਗੇ ਜਿਹਦੇ ਨਾਲ ਉਹਨਾਂ ਦੀ ਕਲਾਈਮੇਟ ਚੈਲੰਜ ਤੇ ਇਮਪਲੀਕੇਸ਼ਨ ਉਹ ਵੀ ਠੀਕ ਕੀਤੇ ਜਾਣ ਫਿਰ ਉਹਨਾਂ ਨੇ ਅੱਗੇ ਅੱਗੇ ਕਿਹਾ ਕਿ ਵੀ ਵਿਲ ਵਿਨ ਦਾ ਕੰਫੀਡੈਂਸ ਆਫ आवर ਕੰਜ਼ਿਊਮਰ ਕਿ ਉਹ 인ਫਲੇਸ਼ਨ ਨੂੰ ਚੈੱਕ ਕਰਾਂਗੇ ਜਿਹੜੇ ਫੂਡ ਸਿਸਟਮ ਹੈ ਉਹ ਠੀਕ ਕਰਾਂਗੇ ਸੋ why they are doing this they put it this this thing reshaping global regional food trade hmm. flows is very important kyunki kaiyan jagah te climate de naal food di kami aa rahi hai food chain supply jehde hai oh disrupt ho rahe hai so is karke ye duniya da ye ye vishay hai ye jehde bade country khaas karke do country te bahut zyada ਉਹਨਾਂ ਦੇ ਸ਼ੋਲਡਰ ਤੇ ਬਹੁਤ ਭਾਰ ਆਏਗਾ ਨੰਬਰ 1 ਚਾਈਨਾ ਨੰਬਰ 2 ਇੰਡੀਆ ਕਿਉਂਕਿ ਇਹ ਦੋ ਕੰਟਰੀ ਦੇ ਆਰ ザ ਗਰੋਇੰਗ ਇਕਨੋਮੀਆਂ ਨਾਓ ਦੇ ਹੈਵ ਟੂ ਸ਼ੋਲਡਰ ザ ਰਿਸਪੌਂਸਿਬਿਲਟੀ ਐਟ ザ ਵਰਲਡ ਲੈਵਲ ਟੂ ਐਂਡ ਯੂ نو ਵੀ ਫੋਰਗੇਟ ਕਿ ਇਹ ਦੋ ਮੁਲਕਾਂ ਦੀ ਸਿਰਫ ਦੁਨੀਆ ਦੇ ਵਿੱਚ ਜੋ ਗਲੋਬਲ ਸਟੈਂਡਿੰਗ ਹੈਗੀ ਉਹ ਵੀ ਨਹੀਂ ਵਧ ਰਹੀ ਬਟ ਇਹਨਾਂ ਦੀ ਲਿਟਰਲੀ ਪੋਪੂਲੇਸ਼ਨ ਵਧ ਰਹੀ ਹੈ ਇੰਡੀਆ ਇਜ਼ ਨਾਓ ਦ ਮੋਸਟ ਪੋਪੂਲੇਟਿਡ ਕੰਟਰੀ ਇਨ ਦ ਵਰਲਡ ਚਾਈਨਾ ਨੂੰ ਵੀ ਪਾਰ ਕਰ ਚੁੱਕਿਆ ਹੈ ਸੋ ਇਹੋ ਜੇ ਮੁਲਕਾਂ ਦੇ ਲਈ ਫੂਡ ਇਨਸਿਕਿਉਰਿਟੀ ਫੂਡ ਸਪਲਾਈ ਚੇਨ ਆਬਵੀਅਸਲੀ ਇੱਕ ਬਹੁਤ ਵੱਡੀ ਪ੍ਰਾਇੋਰਟੀ ਹੈ ਬਟ ਡਾਕਟਰ ਬਾਜੋ ਜੀ ਐਂਡ ਆਈ نو ਅੱਜ ਸਾਡੇ ਕੋਲ ਸਮਾਂ ਤਾਂ ਨਹੀਂ ਹੈ ਹਮੇਸ਼ਾ ਤੁਹਾਡੇ ਨਾਲ ਜਦੋਂ ਇਹੋ ਜਿਹੇ ਸ਼ੋਅਸ ਕਰਦੇ ਹਾਂ ਮਾਨਤਾ ਕਰਦਾ ਜੀ ਕਰਦਾ ਕਿ ਹੋਰ ਲੰਬਾ ਪ੍ਰੋਗਰਾਮ ਕਰੀਏ ਬਟ ਅਖੀਰ ਦੇ ਵਿੱਚ ਮੈਂ ਇੱਕ ਵਾਰੀ ਫਿਰ ਚਾਹਾਂਗੀ ਕਿ ਤੁਸੀਂ ਸਿੰਪਲ ਸ਼ਬਦਾਂ ਚ ਸਾਨੂੰ ਦੱਸੋ ਕਿ ਅਗਰ ਅਸੀਂ ਇਨ ਗੋਲਸ ਤੱਕ ਨਹੀਂ ਆਪਣੇ ਆਪ ਨੂੰ ਲੈ ਕੇ ਜਾ ਸਕਦੇ ਕਿ ਕੀ ਤਬਾਈ ਹੋ ਸਕਦੀ ਹੈ ਖਾਸ ਕਰਕੇ ਫੂਡ ਸਪਲਾਈ ਚੇਨ ਦੇ ਵਿੱਚ ਕਿੰਨ ਏਰੀਆਜ਼ ਦੇ ਵਿੱਚ ਅਸੀਂ ਕਹਿੰਦੇ ਹਾਂ ਕਿ ਲੋਕੀ ਰਹਿ ਵੀ ਨਹੀਂ ਪਾਣਗੇ ਲਾਈਕ ਅਨ ਇਨਹੈਬਿਟੇਬਲ ਕਲਾਈਮੇਟ ਬਣ ਸਕਦਾ ਹੈ ਕਿਹਨ ਏਰੀਆਜ਼ ਦੇ ਵਿੱਚ ਜਿੱਥੇ ਹਲੇ ਅਸੀਂ ਕਹਿੰਦੇ ਹਾਂ ਕਿ ਇਹ ਦੁਨੀਆ ਦੀ ਬ੍ਰੈਡ ਬਾਸਕਟ ਹੈ ਜਾਂ ਇਥੋਂ ਗਹਿੂ ਆਉਂਦਾ ਹੈ ਉਹ ਏਰੀਆਜ਼ ਤੋਂ ਪ੍ਰੋਡਕਸ਼ਨ ਬਿਲਕੁਲ ਖਤਮ ਹੋ ਜਾਊਗੀ ਐਂਡ ਜਿਨ ਓਸ਼ियंस ਬਾਰੇ ਤੁਸੀਂ ਗੱਲ ਕੀਤੀ ਹੈ ਜੋ ਇੰਨਾ ਜ਼ਿਆਦਾ ਕਾਰਬਨ ਸਟੋਰ ਕਰਦੇ ਐ ਖਿੱਚ ਕੇ ਉਹਨੂੰ ਰੱਖਦੇ ਐ ਉਹਦੇ ਵਿੱਚ ਜਦੋਂ ਇੰਨਾ ਕਾਰਬਨ ਇੰਨੀ ਗਰਮੀ ਵੱਧ ਜਾਊਗੀ overall ki impact paauga in the way that we live today agar assi 1.5 to vaddeya jivein pehla dassya si smita ji bai sade jehde din hain ya garmiyan vad jayegi 4 degree hotter days adhi duniya ede naal impact ho jayegi 3.3 to 3.6 billion log jivein oh dassya si ve hon garmi 1% एरिया ਚ ਹੈ ਇਹ ਦੁਬਾਰਾ ਵੱਧ ਕੇ ਜਿਹੜੀ ਹੈ ਇਹ 50% ਗਲੋਬ ਚ ਜ਼ਿਆਦਾ ਗਰਮੀ ਹੋ ਜਾਏ ਔਰ ਜਿਹੜੇ ਉਹਦੇ ਨੁਕਸਾਨ ਹੈ ਬਹੁਤ ਜਗ੍ਹਾ ਤੇ ਜਿਹੜਾ ਫੂਡ ਹੈ ਇਹ ਕ੍ਰਾਪ ਮੇਜਰ ਪ੍ਰੋਡਕਸ਼ਨ ਹਮ ਅਗਲੇ 10 ਸਾਲਾਂ ਚ ਸਮ ਏਰੀਆਜ਼ ਮੇਬੀ ਹੈਵਿੰਗ 24% ਲੈਸ ਕਿਤੇ 17% ਲੈਸ ਸੋ ਇਸ ਕਰਕੇ ਇਹਨਾਂ ਦੀ ਇੰਪੋਰਟੈਂਸ ਦਾ ਬਹੁਤ ਜਿਆਦਾ ਜੀ ਡਾਕਟਰ ਬਾਜਾ ਜੀ ਤੁਸੀਂ ਤਾਂ ਬਹੁਤ ਜਨਰਲੀ ਆਪਟੀਮਿਸਟਿਕ ਰਹਿੰਦੇ ਹੋ ਆਈ ਗੈਸ ਪ੍ਰੋਗਰਾਮ ਦੇ ਅਜਕੀਰ ਦੇ ਵਿੱਚ ਤੁਸੀਂ ਕੀ ਲਾਸਟ ਮੈਸੇਜ ਦੇ ਸਕਦੇ ਹੋ ਤਾਂ ਕਿ ਤੁਹਾਡੀ ਆਪਟੀਮਿਜ਼ਮ ਸਾਡੇ ਵਿੱਚ ਵੀ ਆਏ ਮਾੜੀ ਜੀ ਬਿਕੋਜ਼ ਵਾਂਸ ਅਗੇਨ ਖਾਸ ਕਰਕੇ ਮੇਰੀ ਉਮਰ ਦੀ ਮੇਰੀ ਜਨਰੇਸ਼ਨ ਦੇ ਲੋਕਾਂ ਨੂੰ ਲੱਗਦਾ ਹੈ ਕਿ ਕਲਾਈਮੇਟ ਦਾ ਤਾਂ ਲੱਗਦਾ ਨਹੀਂ ਕੁਝ ਹੋਏਗਾ ਵਰਡ ਲੈਵਲ ਤੇ ਸੋ ਤੁਸੀਂ ਇਸ ਲਾਸਟ ਕਾਨਫਰੰਸ ਤੋਂ ਬਾਅਦ ਕੀ ਮੈਸੇਜ ਕਲੋਜ਼ਿੰਗ ਦੇ ਵਿੱਚ ਸਾਨੂੰ ਦੱਸ ਸਕਦੇ ਹੋ ਤਕੋ ਮੈਸੇਜ ਇਹ ਹੈ ਵੀ ਸਾਨੂੰ ਆਪਟੀਮਿਸਟੀ ਰਹਿਣਾ ਚਾਹੀਦਾ ਨਹੀਂ ਜਾਨ ਆਪਟੀਮਿਸਟ ਸਾਨੂੰ ਨਹੀਂ ਰਹਿਣਾ ਚਾਹੀਦਾ ਸਾਡੀਆਂ ਗਵਰਨਮੈਂਟਸ ਨੂੰ ਕੰਮ ਹੀ ਕਰਨਾ ਚਾਹੀਦਾ ਜੀ ਜੀ ਸੋ ਮੇਰਾ ਮੈਸੇਜ ਤਾਂ ਸਾਰਿਆਂ ਨੂੰ ਇਹੀ ਹੈ ਪਹਿਲਾਂ ਸਭ ਨੂੰ ਬਈ ਹੈਪੀ ਹੈਲਥੀ ਈਅਰ ਜੀ ਸਾਰਿਆਂ ਨੂੰ ਹਾਂ ਜੀ ਅਰ ਉਸ ਤੋਂ ਅੱਗੇ ਅਕਾਲ ਪੁਰਖ ਬles you ਵਾਟਐਵਰ ਯੂ ਵਾਂਟ অর ਵਾਟਐਵਰ ਯੂ ਵਿਸ਼ ਜੀ ਤੇ ਤੁਸੀਂ ਇਹਦਾ ਪਾਰਟ ਬਣੋ ਇਹ ਜਿਹੜੀ ਚੇਂਜ ਅਸੀਂ ਕਲਾਈਮੇਟ ਦੀ ਕਰਨੀ ਹੈ ਐਵਰੀ ਪਰਸਨ ਸ਼ੁੱਡ ਬੀ ਪਾਰਟ ਆਫ ਇਟ ਇਫ ਯੂ ਆਰ ਗਵਰਨਮੈਂਟ ਬੀ ਅ ਪਾਰਟ ਰਿਸਪੋਨਸੀਬਲ ਪਾਰਟ ਇਫ ਯੂ ਆਰ ਅ ਕੰਟਰੀ ਬੀ ਅ ਰਿਸਪੋਨਸੀਬਲ ਕੰਟਰੀ ਇਫ ਯੂ ਆਰ ਅ ਨੇਸ਼ਨ ਬੀ ਰਿਸਪੋਨਸੀਬਲ ਨੇਸ਼ਨ ਅਗਰ ਤੁਹਾਡਾ ਬਿਜ਼ਨਸ ਹੈ ਉਹਦੇ ਵਿੱਚ ਵੀ ਤੁਸੀਂ ਆਨਸਟ ਰਹੋ ਸੋ ਜਿਹੜੇ ਬਿਜ਼ਨਸ ਹੈ ਜਿਵੇਂ ਫਾਰਮਰਸ ਹੈ ਅਗਰ ਮੈਂ ਇੰਡੀਵਿਜੂਅਲ ਹਾਂ ਅਸੀਂ ਸਾਰੇ ਇਹਦੇ ਵਿੱਚ ਐਫਰਟ ਕਰੀਏ रेज योर वॉइस नैवर रेलेंट और डोंट कंप्रोमाइज ओवर क्लाइमेट इम्पैक्ट सो बी पार्ट ऑफ द एफर्ट यूनाइटेड नेशन से सैक्रटरी जनरल ने एक एग्जाम्पल दी है भी अगर अगले साल हर इंसान इस धरती का अगर पजा सेंट रोज दवे तो दे कैन रेज अनफ मनी टू fix the vulnerabilities of climate so hun chalo 50 cent ho sakda 40 rupaye kai log na den to main ohde vaste message dena ve je tusi 50 cent den de je jeda banda de sakda oh 1 dollar de deve haan ji so ehda matlab hai jede agar 3.5 billion log khande pinde hai agar 3.5 sade garib vi hai onna da bill assi chuk liye ehi retnation nu karna chahida bilkul ehi sanu ik doje ਆ ਪਸitive ਕਿਹਾਣਾ ਚਾਹੀਦਾ ਐਟ ਦੀ ਐਂਡ ਆਫ ਦਾ ਡੇ ਨਾ ਜਦਾਂ ਕਹਿੰਦੇ ਆ ਨਾ ਕਿ ਅਗਰ ਕੋਈ ਇੱਕ ਤੁਹਾਡਾ ਪਲਾਨ ਨਹੀਂ ਕੰਮ ਕੀਤਾ ਪਲਾਨ ਇਹ ਨਹੀਂ ਕੰਮ ਕੀਤਾ ਤੁਸੀਂ ਪਲਾਨ ਬੀ ਵਰਤ ਲੈਂਦੇ ਹੋ ਪਲਾਨ ਸੀ ਵਰਤ ਲੈਂਦੇ ਹੋ ਜਿੱਥੇ ਤੱਕ ਇਸ ਦੁਨੀਆ ਦੀ ਗੱਲ ਆਂਦੀ ਇ देयर इज ਨੋ ਪਲਾਨਟ ਬੀ ਇਹੀ ਇੱਕ ਦੁਨੀਆ ਸਾਡੇ ਕੋਲ ਹੈਗੀ ਇਹਨੂੰ ਸਾंभ ਕੇ ਰੱਖਣਾ ਆਪਣੇ ਲਈ ਆਪਣੇ ਬੱਚਿਆਂ ਲਈ ਗਾਗਲੀ ਪੀੜ੍ਹੀਆਂ ਲਈ ਇਹ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਐਂਡ ਇਹਦੇ ਵਿੱਚ ਸਾਡਾ ਤਾਂ ਐਕਸ਼ਨ ਆਈਟਮ ਤੁਹਾਡੇ ਲਈ ਹਮੇਸ਼ਾ ਇਹ ਹੁੰਦਾ ਹੈ ਕਿ ਆਪਦੀ ਆਵਾਜ਼ ਚੁੱਕੋ ਭਾਵੇਂ ਤੁਸੀਂ ਇੱਥੇ ਰਹਿੰਦੇ ਹੋ ਯੂਨਾਈਟਿਡ ਸਟੇਟਸ ਕੈਨੇਡਾ ਬਾਰਲੇ ਮੁਲਕ ਦੇ ਵਿੱਚ ਜੋ ਤੁਹਾਡੇ ਲੋਕਲ ਇਲੈਕਟਿਡ ਅਫੀਸ਼ੀਅਲਸ ਹਨ ਉਹਨਾਂ ਦੇ ਨਾਲ ਸੰਪਰਕ ਕਰੋ ਕਿ ਤੁਸੀਂ ਕਲਾਈਮੇਟ ਚੇਂਜ ਨੂੰ ਲੈ ਕੇ ਕੀ ਐਕਸ਼ਨ ਲੈ ਰਹੇ ਹੋ ਕੀ ਲੈਜਿਸਲੇਸ਼ਨ ਪਾਸ ਕਰ ਰਹੇ ਹੋ ਕਿਸ ਤਰ੍ਹਾਂ ਦੀ ਤੁਹਾਡੀ ਵੋਟਸ ਹੈਗੀਆਂ ਬਿਕੋਜ਼ ਐਕਸ਼ਨ ਤਾਂ ਕਰੋ ਹੀ ਸ਼ੁਰੂ ਹੁੰਦਾ ਹੈ ਚੈਰੀ బిగిన్స్ ਐਟ ਹੋਮ ਐਂਡ ਜਿਸਾ ਡਾਕਟਰ ਬਾਜਾ ਜੀ ਨੇ ਕਿਹਾ ਸਾਨੂੰ ਸਾਰਿਆਂ ਨੂੰ ਐਕਸ਼ਨ ਵੱਲ ਤੁਰਨਾ ਚਾਹੀਦਾ ਹੈ ਪ੍ਰੋਬਲਮ ਦਾ ਹਿੱਸਾ ਨਹੀਂ ਸੋਲੂਸ਼ਨ ਦਾ ਹਿੱਸਾ ਬਣਨਾ ਚਾਹੀਦਾ ਬਟ ਡਾਕਟਰ ਬਾਜਾ ਜੀ ਐਜ਼ ਆਲਵੇਸ ਸੱਚਾ ਪਲੇਜ਼ਰ ਤੁਹਾਨੂੰ ਪੂਰੇ ਪਰਿਵਾਰ ਨੂੰ ਲੱਖ ਲੱਖ ਵਧਾਈਆਂ ਇਸ ਨਵੇਂ ਸਾਲ ਦੀ ਹੋਪਫੁਲੀ ਹੈਲਥੀ ਹੈਪੀ ਪ੍ਰੋਸਪਰਸ ਨਿਊ ਇਅਰ ਤੁਹਾਡਾ ਵੀ ਰਹੇ ਐਂਡ ਇਸ ਕਲਾਈਮੇਟ ਚੇਂਜ ਦੇ ਇਸ਼ੂ ਨੂੰ ਲੈ ਕੇ ਜਰੂਰ ਤੁਸੀਂ ਫਿਰ ਆ ਕੇ ਸਾਡੇ ਨਾਲ ਜੁੜੋ ਹੋਪਫੁਲੀ ਇਸ ਏਰੀਆ ਦੇ ਵਿੱਚ ਹੋਰ ਵਧੀਆ ਅਤੇ ਪੋਜ਼ਿਟਿਵ ਡਿਵੈਲਪਮੈਂਟਸ ਅਸੀਂ ਸ਼ੇਅਰ ਕਰਾਂਗੇ ਪਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਨੂੰ ਹੁੰਦੇ ਹੋ ਇਜਾਜ਼ਤ ਸਤਸ੍ਰੀਆ ਕਾਲ ਅਨਿਸਤ ਸਤਸ੍ਰੀ ਕਾਲ ਜੀ ਅਸਮਿਤਾ ਜੀ ਤੁਹਾਨੂੰ ਵੀ ਤੇ ਤੁਹਾਡੇ ਟੀਵੀ ਨੂੰ ਵੀ ਜੋ ਤੁਸੀਂ ਮੈਨੂੰ ਵੇਲੇ ਵੇਲੇ ਮੌਕਾ ਦਿੰਦੇ ਜੀ ਔਰ ਤੁਹਾਡੇ ਈਵਿਊਰਸ ਦਾ ਵੀ ਮੈਂ ਧੰਨਵਾਦੀ ਹਾਂ ਪਰ ਜੇ ਕੋਈ ਗਲਤੀ ਹੋ ਗਈ ਉਹ ਮੇਰੀ ਹੈ ਸੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਚੜ੍ਹਦੀ ਕਲਾ ਜਰੋਈ ਥੈਂਕ ਯੂ ਐਂਡ ਅਜੇ ਪ੍ਰੋਗਰਾਮ ਨੂੰ ਲੈ ਕੇ ਅਗਰ ਤੁਸੀਂ ਸਾਡੇ ਨਾਲ ਜਾਂ ਡਾਕਟਰ ਬਾਜਾ ਜੀ ਦੇ ਨਾਲ ਡਾਇਰੈਕਟਲੀ ਕੰਟੈਕਟ ਕਰਨਾ ਚਾਹੁੰਦੇ ਹੋ ਤੁਸੀਂ ਸਾਨੂੰ ਲਿਖ ਸਕਦੇ ਹੋ info@justbroadcasting.com ashmeeta@justbroadcasting.com ਹੁਣ ਸਾਨੂੰ ਵੀ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ